ਉਹ ਲੋਕੀ ਮਾਮਾ ਕਹਿੰਦੇ ਆ ਨਾ ਮੇਰੇ ਮਾਮਾ ਕਹਿੰਦੇ ਵੀ ਆਪਦੇ ਪਿਓ ਦਾ ਸਾਲਾ ਬਣਦਾ ਹੈ ਨਾ ਤੇ ਬੜਾ ਊਟ ਪਟਾਖ ਬਹੁਤ ਬੋਲਦੇ ਆ ਮੈਂ ਤੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਮੈਂ ਤੇ ਇਸ ਵਿੱਚ ਤੁਹਾਡੇ ਨਾਲ ਮੋਟਰਸਾਈਕਲ ਸੁਣਾਉਣ ਲਈ ਰੱਖਿਆ ਉਹ ਨਹੀਂ ਜਾ ਰਿਹਾ ਅੱਛਾ ਮੈਨੂੰ ਉਹਨੇ ਫੋਨ ਕਰਾਣਾ ਮੇਰਾ ਮੋਟਰਸਾਈਕਲ ਫਸ ਗਿਆ ਮੇਰਾ ਕਾਰ ਮੈਂ ਕਿਹਾ ਭਾਈ ਜੀ ਮੇਰਾ ਨੰਬਰ ਹੀ ਤੁਸੀਂ ਤਾਂ ਰੱਖਿਆ ਵੀ ਮੈਂ ਤੇ ਤੁਹਾਡਾ ਸਿਰਫ ਮੋਟਰਸਾਈਕਲ ਸੁਣਾਉਣੀ ਆ ਹੋਰ ਕੋਈ ਨਹੀਂ ਕਰੇ ਉਹ ਨਹੀਂ ਯਾਦ ਕਰਨਾ ਉਹ ਨਹੀਂ ਯਾਦ ਕਰਨਾ ਵੀ ਇਹ ਸੱਚ ਵੀ ਹੈ ਬਈ ਹਨ ਬਿਲਕੁਲ ਜੀ ਮਾਹਨ ਤੁਸੀਂ ਮੈਨੂੰ ਐ ਲਿਖ ਵੀ ਵੀ ਇਹੀ ਨਾਮ ਤੇ ਨੋਟ ਕਰ ਲਓ ਵੀ ਮੋਟਰਸਾਈਕਲ ਚ ਡਾਉਣ ਵਾਲਾ ਹਨਾ ਇਹ ਸੇਵ ਕਰ ਰੋਣਾ ਤੇ ਜਿਹੜਾ ਫੇਸਬੁੱਕ ਦਾ ਜਾਂ YouTube ਦਾ ਜਮਾਨਾ ਤੇ ਇਹਦੇ ਵਿੱਚ ਤੇ ਬਸ ਮਾੜੀ ਜੀ ਗਲਤੀ ਵੇਖਦੇ ਲੋਕ ਉਹਦੇ ਕੰਮਾਂ ਵਾਲ ਨਹੀਂ ਛੋਟੀ ਜੀ ਗਲਤੀ ਨੂੰ ਉਹਦੇ ਪਿਛਲੇ ਕੰਮ ਨਹੀਂ ਵੇਖਣੇ ਜਾਂਦੇ ਅੱਜ ਦੇ ਕੰਮ ਨਹੀਂ ਵੇਖਣੇ ਉਹਦੇ ਉਹਦਾ ਕਰਤਾਰ ਨੂੰ ਕਿਵੇਂ ਗਰਾਊਂਡ ਚ ਲਿਆਉਣਾ ਕਿਵੇਂ ਨੀਵਾ ਮੁਖਾਉਣਾ ਉਹ ਵੇਖਦੇ ਪੁੱਲ ਜੇ ਅਸੀਂ ਦਰਿਆ ਰੁਕਾਂਗੇ ਨਾ ਤੇ ਉਹ ਕੋਈ ਨਾ ਤੇ ਪਟਵਾਰੀ ਨਾ ਕਾਣ ਕੋ ਉਹ ਤੇ ਆਪ ਹੀ ਕਬਜ਼ਾ ਲੈਣਾ ਕੋਈ ਤਾਂ ਆਪ ਹੀ ਕਬਜ਼ਾ ਤੋਨੇ ਆਪ ਹੀ ਕਰ ਲੈ ਫਿਰ ਭਾਈ ਜੀ ਗੁਰਸੇਖ ਰਹਿਣਾ ਜਾਂ ਪੱਗ ਬੰਨੀ ਆ ਦਸਤਾਰ ਬੰਨੀ ਪਰ ਤੁਹਾਨੂੰ ਆਪ ਦਾ ਕਰਤਾਰ ਵੀ ਉਹੋ ਜਿਹਾ ਬਣਾ ਕਰਤਾਰ ਬਿਲਡ ਕਰਨਾ ਪੈਣਾ ਪੱਗ ਨਾਲ ਕਰਤਾਰ ਹੈ ਪੱਗ ਨਾਲ ਕਰਤਾਰ ਇਹ ਬੜਾ ਕੀਮਤੀ ਚੀਜ਼ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ ਹਾਂ ਇਹ ਕਰਤਾਰ ਆਪ ਦਾ ਉਚਾਰਕ ਨਾ ਲੈਣਾ ਐਣੀਆ ਤੁਸੀਂ ਹਰੇਕ ਚ ਗਲਤ ਹੋ ਤੁਸੀਂ ਆ ਇੱਕ ਪੱਗ ਬੰਨੀ ਤੇ ਤੁਸੀਂ ਲਲਕਾਰੇ ਮਾਰੋ ਤੁਸੀਂ ਵੀ ਗਲਤ ਕੰਮ ਕਰੋ ਜਾਂ ਗਲਤ ਸੋਸਾਇਟੀ ਵਿੱਚ ਜਾਓ ਕਿਰਦਾਰ ਨੂੰ ਤੇ ਆਪ ਨੂੰ ਵਧੀਆ ਰੱਖਣਾ ਚੱਲ ਕੋਈ ਤਾਂ ਕੋਈ ਤਾਂ ਰਿਸ਼ਤੇਦਾਰੀ ਬਣਾਉਦਾ ਫੇਰ ਨਾ ਇਹ ਮਾਮੇ ਕਿਹੜਾ ਵਧੀਆ ਸ਼ਬਦ ਹੈ ਨਾ ਚਲੋ ਪੈਣਾ ਹੀ ਬੰਦੀਆਂ ਸਾਡੀਆਂ ਰਹਿਣਾ ਸਸਿਕਾ ਤੁਸੀਂ ਜੁੜਿਓ ਸੱਚ ਪਾਈ ਦੇ ਨਾਲ ਮੈ ਰੰਜੀਤ ਗਿੱਲ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਤਾਂ ਪੰਜਾਬ ਪੁਲਿਸ ਦਾ ਇੱਕ ਚਿਹਰਾ ਸਭ ਨੂੰ ਨਜ਼ਰ ਆਉਂਦਾ ਹੈ ਪਰ ਜਿਹੜਾ ਪਰਦੇ ਪਿਛਲਾ ਚਿਹਰਾ ਹੈ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਅੱਜ ਅਸੀਂ ਇਸ ਤਰ੍ਹਾਂ ਦੀ ਇੱਕ ਸ਼ਖਸ ਦੇ ਨਾਲ ਗੱਲਬਾਤ ਕਰਾਂਗੇ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਸਵਬਾਧ ਸੇਵੀ ਦੇ ਨਾਲ ਗੱਲਬਾਤ ਕਰਾਂਗੇ ਜਿਸ ਨੇ ਅਮਲੋੜ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਰੁੱਖ ਲਾਏ ਆ ਵਾਤਾਵਰਣ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਤੇ ਉੱਥੇ ਹੀ ਸਮੇਂ-ਸਮੇਂ ਤੇ ਹੋਰ ਸਮਾਜਿਕ ਜਿਹੜੇ ਕੰਮ ਨੇ ਉਹ ਵੀ ਕਰਦੇ ਰਹਿੰਦੇ ਨੇ ਸਖਚੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਈ ਠੀਕ ਹੋ ਐ ਵਧੀਆ ਚੜਦੀ ਕਲਾ ਜੀ ਸਿੰਘ ਚੜਦੀ ਕਲਾ ਜੀ ਹੁੰਦੇ ਸਿੰਘ ਚੜਦੀ ਕਲਾ ਜੀ ਚਾਹੀਦੇ ਆ ਹਨਾ ਬਾਕੀ ਰঞ্জੀਤ ਵੀਰੇ ਪੰਜਾਬ ਦੀ ਧਰਤੀ ਚੜ੍ਹਦੀ ਕਲਾ ਵਾਲੀ ਹੈ ਬਿਲਕੁਲ ਹੈ ਸਾਡੇ ਬਾਬੇ 7 ਤੇ 8 ਸਾਲ ਦੇ ਚੜ੍ਹਦੀ ਕਲਾ ਵਾਲੇ ਸੀ ਹੈ ਤੇ ਉਹਨਾਂ ਦੇ گاਹ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਚੜਦੀ ਕਲਾ ਵਾਲੇ ਸੀ ਤੇ ਉਹਨਾਂ ਨੇ ਹਮੇਸ਼ਾ ਸਾਨੂੰ ਚੜਦੀ ਕਲਾ ਦਾ ਸੁਨੇਹਾ ਦਿੱਤਾ ਤੇ ਇਸ ਲਈ ਅਸੀਂ ਵੀ ਸਾਡੀ ਚੜਦੀ ਕਲਾ ਚੜਦੀ ਕਲਾ ਤੇ ਰਹਿਣਾ ਚਾਹੀਦਾ ਹੈ ਵੀ ਆਪਣਾ ਤੇ ਫਰਜ ਬੰਦ ਹੈ ਬਿਲਕੁਲ ਜੀ ਬਿਲਕੁਲ ਤੇਂਦੀ ਕਲਾ ਵਾਲੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੇ ਮਹਾਰਾ ਜੀ ਨੇ ਕਿਹਾ ਵੀ ਹਮੇਸ਼ਾ ਚੜਦੀ ਕਲਾ ਚ ਹੀ ਰਹੋਗੇ ਨਾ ਆਪਾਂ ਜਦੋਂ ਫਤਿਹ ਬਣਾਉਣੇ ਚੜਦੀ ਕਲਾში ਬਣਾਉਣੇ ਹੈ ਨਾ ਆਪਾਂ ਚਾਹੇ ਮਰਗ ਤੇ ਹੋਈਏ ਚਾਹੇ ਵਿਆਹ ਸ਼ਾਦੀਆਂ ਦੇ ਫਤਿਹ ਵੇਖੋ ਚੜਦੀ ਕਲਾ ਦੀ ਹੋਣੀ ਚਾਹੀਦੀ ਹੈ ਹੈ ਨਾ ਤੇ ਬਾਈ ਕਿਵੇਂ ਤੁਹਾਨੂੰ ਇਧਰਲੇ ਪਾਸੇ ਆਉਣ ਦੀ ਪੋਸਟ ਦਾ ਤਾਂ ਇੱਕ ਨਾਂ ਵੜਾ ਹਨਾ ਉਹ ਦੂਜੇ ਪਾਸੇ ਵਾਲੇ ਸਾਹਮਣੇ ਆਉਂਦਾ ਅ ਭਾਈ ਜੀ 2009 10 ਦੇ ਲਗਭਗ ਦੀ ਗੱਲ ਹੈ ਹਨਾ ਤੇ ਮੈਂ ਉਦੋਂ ਸੀਆਈਐਸਫ ਦੇ ਵਿੱਚ ਹੁੰਦਾ ਸੀ ਭਾਈ ਅੱਛਾ ਜੀ ਤੇ ਮੈਂ ਨੌਕਰੀ ਉਥੋਂ ਰਜਾਇੰਦੇ ਕਿ ਮੈਂ ਪੰਜਾਬ ਪੁਲਿਸ ਚ ਅੱਛਾ ਪੰਜਾਬ ਪੁਲਿਸ ਚ ਆਇਆ ਹਾਂ ਮੈਂ ਪੰਜਾਬ ਪੁਲਿਸ ਚ ਭਰਤੀ ਹੋਇਆ ਸੀ ਭਾਈ ਤੇ ਕੀ ਹੋਇਆ ਭਾਈ ਜਦੋਂ ਪ੍ਰਮਾਤਮਾ ਵੈਸੇ ਮੈਨੂੰ ਕੋਈ ਨਾ ਬڑا ਮਹਾਪੁਰਸ਼ ਵਧੀਆ ਮਿਲੇ ਸੀ ਉਹਨਾਂ ਨੇ ਕਿਹਾ ਸੀ ਇਹ ਮਾਲਕ ਦੀਆਂ ਡਿਊਟੀਆਂ ਆ ਉਹ ਬੰਦੇ ਚੁੰਨਦਾ ਵੀ ਕਿਹਨਾਂ ਨੂੰ ਕਿਹੜੇ ਬੰਨੇ ਲਾਉਣਾ ਹਨ ਉਹਨਾਂ ਨੇ ਫਿਰ ਵੈਸੇ ਮਾਲਕ ਨੇ ਅਸੀਂ ਵਿਧ ਬਣਾਈ ਮੈਂ ਨਾ ਸਾਡੇ ਇੱਥੇ ਬਠਿੰਡਾ ਚੌਂਕ ਹੁੰਦਾ ਸੀ ਅਸੀਂ ਇੱਥੇ ਨਾ ਬਾਈ ਸਾਡੇ ਗੁਰਨਾਨ ਕਮਿਸ਼ਨ ਦੀ ਸੇਵਾ ਵਾਲੇ ਆ ਪੰਮਾ ਮਰਾੜ ਬਾਈ ਮਰਾਜ ਪਿੰਡੇ ਸ਼ੈ ਉਹਨਾਂ ਦਾ ਬਾਈ ਦਾ ਮੈਨੂੰ ਹਾਮਰਾਜ ਹੀ ਪਿੰਡ ਬਾਈ ਦਾ ਤੇ ਉਹਨਾਂ ਦੀ ਟੀਮ ਵੀ ਕੰਮ ਕਰਦੀ ਹੁੰਦੀ ਸੀ ਫਿਰ ਮੈਂ ਕਿਹਾ ਯਾਰ ਆਪਾਂ ਵੀ ਰੁਕ ਲਾਈਏ ਫਿਰ ਅਸੀਂ ਨਿੰਮਾ ਇੱਥੋਂ ਮਾਹੂਆਂ ਨੇ ਨਰਸੀ ਚੁਟਾ ਕੇ ਨਿੰਮਾ ਟਾਲੀਆਂ ਤੇ ਟਾਲੀਆਂ ਬੜੀਆਂ ਵਧੀਆ ਸੀ ਉਹਨਾਂ ਕੋਲੇ ਨਾ ਬੜੀ ਪਿਆਰੀ ਵਡੀਆਂ ਸਹਿਜੀਆਂ ਟਾਲੀਆਂ ਆਈਆਂ ਸੀ ਤੇ ਫਿਰ ਅਸੀਂ ਇਥੇ ਸ਼ੁਰੂ ਕੀਤੀਆਂ ਲਾਉਣੀਆਂ ਉਸ ਤੋਂ ਬਾਅਦ ਫਿਰ ਮੰਨ ਦੇ ਵਿੱਚ ਇੱਕ ਧਾਰਨਾ ਬਾਰੇ ਕਿਉਂ ਨਾ ਵੀ ਯਾਰ ਆਪਾਂ ਲੋਡ 'ਚ ਵੱਡੇ ਪੱਧਰ ਤੇ ਕੰਮ ਕਰੀਏ ਤੇ ਫਿਰ ਫਿਰ ਟੀਮ ਵਾਲੀ ਟੀਮ ਦੇ ਵਿੱਚ ਜਿਵੇਂ ਸਾਡੇ ਵੀਰਾ ਗੁਰਸ਼ਮਿੰਦਰ ਦਵਿੰਦਰ ਬੁੱਟਰ ਸੁਖਦੀਪ ਦੀਪ ਡੀਸੀ ਪਟਵਾਰੀ ਵੈਸੇ ਬਾਈ ਦਾ ਨਾਂ ਡੀਸੀ ਹੈ ਬਾਈ ਦਾ ਹੈ ਪਟਵਾਰੀ ਭਾਈ ਹੈ ਤੇ ਬਾਈ ਆਪਣਾ ਪਵਨ ਅੰਕਲ ਆਪਣਾ ਜਤਿੰਦਰ ਬਠਲਾ ਰਿੰਕੂ ਨੇਜਾ ਕਾਫੀ ਜਿਹੜੇ ਨਾਂ ਆ ਮੇਰੇ ਮਿੱਤਰ ਸੌਰੀ ਯਾਰ ਜੇਕਰ ਨਾਂ ਲਿਆ ਗਿਆ ਹੋਵੇ ਬਾਈਆਂ ਦਾ ਨਾਂ ਹਨ ਤੇ ਸਾਰੇ ਦਵਿੰਦਰ ਗੋਰਾ ਵੀਰਾ ਸ਼ੁਰੂਆਤ ਇਕੱਲੇ ਨੇ ਕਰੀ ਤੇ ਟੀਮ ਬਣ ਗਈ ਇੱਕ ਮਾੜੀ ਵਧੀਆ ਬਣੀ ਬਾਈ ਸਾਡਾ ਪਿਆਰ ਇਹਨਾਂ ਕੋਈ ਵੀ ਪ੍ਰੋਗਰਾਮ ਹੋਵੇ ਸਾਡੇ ਅੰਕਲ ਆ ਦਵਿੰਦਰ ਬੁੱਟਰ ਦੇ ਡੈਡੀ ਗੁਰਚਰਨ ਬੁੱਟਰ ਜੀ ਕੋਈ ਵੀ ਪ੍ਰੋਗਰਾਮ ਆਸਾ ਬੁੱਟਰ ਪਿੰਡ ਹੈ ਉਹਨਾਂ ਦਾ ਜੀ ਤੇ ਜਿਹੜੇ ਮੰਨ ਲਓ ਵੀ ਐਡੇ ਇੱਕ ਸੁਚੱਜੇ ਐਡੇ ਇੱਕ ਵਧੀਆ ਇਨਸਾਨ ਆ ਕੋਈ ਵੀ ਪ੍ਰੋਗਰਾਮ ਹੋਵੇ ਕਿ ਉਹਨਾਂ ਨੇ ਸਾਡੀ ਸਾਰੀ ਟੀਮ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ ਮਨੋੜਦਾ ਹੋਵੇ ਜਾਂ ਸਾਡੇ ਕੋਈ ਵਿਆਹ ਸ਼ਾਦੀ ਦਾ ਹੋਵੇ ਜਾਂ ਕੋਈ ਵੀ ਹੋਵੇ ਅਦਰਵਾਈਜ਼ ਜਿੰਨਾ ਵੀ ਹੈ ਸਾਡੀ ਟੀਮ ਇੱਕ ਵਧੀਆ ਕੰਮ ਕਰ ਰਹੀ ਹੈ ਇਸ ਟਾਈਮ ਮਲੋੜ 'ਚ ਹਾਂ ਜਿਵੇਂ ਰੁਖ ਲਾਏ ਹਨਾ ਬਈ ਸੰਭਾਲ ਵੀ ਰਹੇ ਹਾਂ ਉਹਨੂੰ ਲਗਾਤਾਰ ਸਭ ਤੋਂ ਵੱਡਾ ਹੁੰਦਾ ਸੰਭਾਲ ਲੈਣਾ ਲਾ ਤਾਂ ਹਰੇਕ ਹੀ ਦਿੰਦਾ ਹਾਂਜੀ 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 ਆ ਵੇਖੋ ਤੁਸੀਂ ਬੱਸ ਸਟੈਂਡ ਮਲੋੜ ਦੇ ਕੋਲੇ ਹਨਾ ਕਿੱਡਾ ਵਧੀਆ ਇੱਕ ਅਦਭੁਤ ਨਜ਼ਾਰਾ ਬਣਿਆ ਹੋਇਆ ਹਨਾ ਹੂੰ ਵੀ ਸਭ ਤੋਂ ਵੱਡੇ ਇਨਸਾਨ ਆਪਦੇ ਘਰ ਤੇ ਬਣਾਉਂਦਾ ਹੀ ਆ ਬਿਲਕੁਲ ਬਣਾਉਂਦਾ ਨਾ ਹਰੇਕ ਦਾ ਮਨ ਹੁੰਦਾ ਵੀ ਯਾਰ ਮੈਂ ਸੋਨਾ ਘਰ ਬਣਾਵਾ ਤੇ ਮੈਂ ਵਧੀਆ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਾਂ ਅਸੀਂ ਕਦੇ ਪੰਛੀਆਂ ਬਾਰੇ ਕਦੇ ਉਹ ਜਾਨਵਰਾਂ ਬਾਰੇ ਨੀਂ ਨਾ ਸੋਚਿਆ ਜਿਹੜੇ ਸਾਡੇ ਧਰ ਪੰਜਾਬ ਦੀ ਧਰਤੀ ਦੇ ਵਸਨੀਕ ਆ ਉਹ ਵੀ ਮਾਲਕ ਆ ਉਹ ਵੀ ਮਾਲਕ ਬਿਲਕੁਲ ਜੀ ਜੇਕਰ ਮੈਨੂੰ ਧਰਤੀ ਤੇ ਰਹਿਣ ਦੀ ਜ਼ਰੂਰਤ ਆ ਤੇ ਸੱਪ ਨੂੰ ਵੀ ਓਨੀ ਜ਼ਰੂਰਤ ਆ ਕਿਰਲੀ ਨੂੰ ਵੀ ਓਨੀ ਜ਼ਰੂਰਤ ਆ ਤੇ ਮੱਖੀ ਨੂੰ ਘੁੱਗੀਆਂ ਨੂੰ ਗਟਾਰਾਂ ਨੂੰ ਓਨੀ ਜ਼ਰੂਰਤ ਆ ਉਹ ਆਪਾਂ ਮਨਫੀ ਕਰ ਰਹੇ ਆ ਹਾਂ ਉਹ ਮਨਫੀ ਉਹਨਾਂ ਤੱਕੇਸ਼ਾ ਹੀ ਆ ਨਾ ਅਸੀਂ ਧਰਤੀ ਦੇ ਉੱਤੇ ਕਬਜ਼ਾ ਕੀਤਾ ਆ ਤੇ ਕਿਉਂ ਅਸੀਂ ਇੱਕ ਸਮਾਜ ਨੂੰ ਸੇਧਿਆ ਵੈਸੇ ਅਸੀਂ 22 ਜਿਹੜੇ ਤਣਾਉਲੇ ਵਾਲਾ ਸੰਦੀਪ ਆ ਫਿਰ ਬਹੁਤ ਵਧੀਆ ਇਨਸਾਨ ਹੈ ਜਿਹੜੇ ਆਲਣੇ ਟੰਗ ਰਹੇ ਆ ਵੱਧ ਤੋਂ ਵੱਧ ਹਨ ਤੇ ਉਹਨਾਂ ਬਾਈ ਉਹਨਾਂ ਨੇ ਵੀ ਹਨਾ ਲਗਭਗ 50000 ਆਲਣਾ ਟੰਗਤਾ ਉਹ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆ ਪਾਲਣਾਂ ਟੰਗੇ ਵੀ ਪੰਛੀਆਂ ਨੂੰ ਨਕਾਰੇ ਬਣਾ ਰਹੇ ਆ ਅਸਲ ਵਿੱਚ ਸਾਡੇ ਪਹਿਲੋਂ ਕੱਚੇ ਘਰ ਸੀ ਅੱਛਾ ਕੱਚੇ ਘਰਾਂ ਦੇ ਵਿੱਚ ਜਿਵੇਂ ਚਿੜੀਆਂ ਕੁਗੀਆਂ ਘਟਾਰਾਂ ਆਮ ਹੀ ਸਾਡੇ ਘਰਾਂ ਵਿੱਚ ਆਉਂਦੀਆਂ ਆ ਬਿਲਕੁਲ ਲਿਆ ਲਿਆ ਕੇ ਕਾਹ ਫੂਸ ਪਾ ਲਈਏ ਅਸੀਂ ਹਾਲੇ ਉਵੇਂ ਜਿਹੜਾ ਹਲਣਾ ਆਪਾਂ ਟੰਗਦੇ ਨਾ ਪੰਛੀ ਨੇ ਬਣਾਉਣਾ ਆਪਦੇ ਅਨਸਾਰ ਹੀ ਹਲਣਾ ਡੱਕੇ ਉਵੇਂ ਵਾੜਨੇ ਉਹਦੇ ਵਿੱਚ ਉਵੇਂ ਹੀ ਲਿਆ ਲਿਆ ਕੇ ਰੱਖਣੇ ਆ ਪਰ ਕੀ ਉਹਨਾਂ ਨੂੰ ਆਪਾਂ ਜਗ੍ਹਾ ਦੇ ਰਹੇ ਆ ਸੇਫ ਜਗ੍ਹਾ ਦੇ ਰਹੇ ਆ ਵੀ ਉੱਥੇ ਆਪਦੇ ਬੱਚੇ ਕੱਢਣ ਬਿਲਕੁਲ ਹਾਂ ਭਾਈ ਹੁਣ ਤੱਕ ਕਿੰਨੇ ਕੁ ਰੁੱਖ ਲਾ ਚੁੱਕੇ ਆ ਤੁਸੀਂ ਜੇ ਰੁੱਖਾਂ ਦੀ ਗੱਲ ਕਰ ਲਈਏ ਤਾਂ ਆਪਾਂ ਗਿਣਤੀ ਮਿੰਤੀ ਤਾਂ ਵੈਸੇ ਹੁੰਦੀ ਨਿਗੀ ਭਾਈ ਯਾਰ ਮੈਂ ਨਾ ਅਸਲ ਵਿੱਚ ਜੇ ਗਿਨ ਲਾਪੀ ਇਹਨਾਂ ਦੇ ਇਨਸਾਨ ਨੂੰ ਹੰਕਾਰ ਹੋ ਜਾਂਦਾ ਨ 30000 ਦੇ ਲਗਭਗ ਰੁੱਖਾਂ ਲੱਜੁਕਿਏ ਲੱਜੁਕਿਏ ਨਾ ਜਿਵੇਂ ਬਲਕ ਚਲਾਉਣੇ ਆ ਵੀ 2000 ਲਾਤਾ ਜਿਵੇਂ ਐ ਕਰਕੇ 30000 ਦੇ ਲਗਭਗ ਹੋਣਾ ਚਾਹੀਦਾ ਪਰ ਮੈਂ ਗਿਨਤੀ ਨਹੀਂ ਕਰਦਾ ਹੁੰਦਾ ਬਾਈ ਇਹਨਾਂ ਮੈਂ ਵੇਖਦਾ ਹੁੰਦਾ ਹਾਂ ਜਾ ਕੇ ਵੀ ਇਹ ਚੱਲ ਪਿਆ ਨਾ ਤੇ ਇਹਨੂੰ ਹੋਰ ਕਿਵੇਂ ਨਾ ਕਿਵੇਂ ਚਲਾਇਆ ਜਾਵੇ ਵਧੀਆ ਬਣਾਇਆ ਜਾਵੇ ਮੈਂ ਇੱਕ ਚੀਜ਼ ਹੋਰ ਵੀ ਦੇਖੀ ਹੈ ਨਾ ਵਿਖਾਵਾ ਨਹੀਂ ਕਰਦੇ ਤੁਸੀਂ ਇਹਨਾਂ 10 ਦਿਨ ਵੀ ਉਹ ਲਾਤਾ ਉਹ ਗੱਤੋ ਵਿਖਾਵਾ ਵਿਖਾਵਾ ਬਾਈ ਨਾ ਅਸਲ ਵਿੱਚ ਮੇਰਾ ਫੇਸਬੁੱਕ ਤੇ ਪੇਜ ਹੈ ਧਰਤੀ ਦੇ ਪੁੱਤ ਨਾ ਤੇ ਮੈਂ ਚਲਾਉਣਾ ਵਧੀਆ ਚੱਲਦਾ ਪਿਆਰ ਦਿੰਦੇ ਜਿਹੜੇ ਕੁਦਰਤ ਪ੍ਰੇਮੀ ਹੈ ਨਾ ਪਿਆਰ ਦੇ ਵਿੱਚ ਬੜੇ ਕੁਦਰਤ ਪ੍ਰੇਮੀ ਆ ਬਾਈ ਜਿਹੜੇ ਬੜਾ ਹੀ ਪਿਆਰ ਕਰਦੇ ਆ ਐਨਹੀਂ ਜੈਂਟਸ ਨਹੀਂ ਭੈਣਾ ਵੀ ਸਾਡੀਆਂ ਕਈ ਲੇਡੀਜ਼ ਹੀ ਆ ਨਾ ਬੜਾ ਕੁਦਰਤ ਨੂੰ ਪਿਆਰ ਕਰਦੀਆਂ ਤੇ ਜਿਵੇਂ ਹੁਣ ਉਹਨਾਂ ਦੇ ਜਦੋਂ ਮੈਸੇਜ ਆਉਂਦੇ ਆ ਨਾ ਐਪਰੀਸ਼ੀਏਟ ਕਰਦੇ ਆ ਸਾਨੂੰ ਤੇ ਬੜਾ ਵਧੀਆ ਲੱਗਦਾ ਯਾਰ ਕੁਦਰਤ ਦੇ ਨਾਲ ਜੁੜੇ ਹੋਇਆ ਸਾਡੇ ਬਾਬੇ ਦੀ ਬਾਣੀ ਤੇ ਅਮਲ ਕਰ ਰਹੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਿ ਮਾਤਾ ਨਾ ਤਿੰਨਾਂ ਚੀਜ਼ਾਂ ਨੂੰ ਬਚਾਉਣਾ ਸੀ ਅਸੀਂ ਹਵਾ ਨੂੰ ਬਚਾਉਣਾ ਸੀ ਪਾਣੀ ਨੂੰ ਬਚਾਉਣਾ ਸੀ ਧਰਤੀ ਨੂੰ ਬਚਾਉਣਾ ਸੀ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਤੋਂ ਹੀ ਬਾਗੀ ਹੋ ਗਏ ਆ ਇਹਨਾਂ ਨੂੰ ਬਚਾ ਨਹੀਂ ਰਹੇ ਤੇ ਅੱਜ ਅਸੀਂ ਉਹਦਾ ਕਰੋਪੀ ਵੀ ਭੋਗ ਰਹੇ ਜਿਹੜੇ ਹੜਾ ਆ ਰਹੇ ਆ ਇਹਨਾਂ ਦੀ ਵਜ੍ਹਾ ਵੀ ਹੋ ਸਕਦੀ ਬਿਲਕੁਲ ਜਿਸ ਤਰੀਕੇ ਨਾਲ ਹਨ ਨੁਕਸਾਨ ਕੁਦਰਤ ਨੂੰ ਪਹਚਾ ਰਹੇ ਤੇ ਉਹ ਵੀ ਆਪ ਦਾ ਰੂਪ ਤਾਂ ਵਿਖਾਉ ਵੀ ਕਿਵੇਂ ਨਾ ਕਿਵੇਂ ਬਾਈ ਬਿਲਕੁਲ ਜੇ ਅਸੀਂ ਦਰਿਆ ਰੋਕਾਂਗੇ ਨਾ ਤੇ ਉਹ ਕੋਈ ਨਾ ਤੇ ਪਟਵਾਰੀ ਨਾ ਕਾਣਗੋ ਉਹ ਤੇ ਆਪ ਹੀ ਕਬਜ਼ਾ ਲੈਣਾ ਉਹ ਤਾਂ ਆਪ ਹੀ ਕਬਜ਼ਾ ਤੋਂ ਨੇ ਆਪ ਹੀ ਕਰਨਾ ਲੈ ਲੈਣਾ ਕਬਜ਼ਾ ਉਸ ਤਰੀਕੇ ਨਾਲ ਹੀ ਹੁਣ ਹੋ ਰਿਹਾ ਹਨ ਹੋ ਰਿਹਾ ਹੋ ਰਿਹਾ ਉਨੇ ਵਖੋ ਜੀ ਸਾਡੇ ਗੁਰੂ ਪਾਤਸ਼ਾਹ ਨੇ ਉਹਨਾਂ ਕਰਾ ਸਿੰਬਲ ਰੁੱਖ ਸਰਹਿਰਾ ਅਤ ਦੀਰਗਾ ਅਤ ਮੋਤੂ ਜੇ ਆਏ ਆਸਕਰ ਜਾਏ ਨਾ ਸੇ ਕਿਤ ਫਲ ਫਿੱਕੇ ਫੁੱਲ ਬਖ ਬਕੇ ਕਮਨਾਂਏ ਪਤ ਮਿੱਠਤ ਨਹੀਂ ਵੀ ਨਾਨਕਾ ਗੁੰਜ ਗਿਆਂ ਤਾ ਉਹ ਕਹਿੰਦਾ ਵੀ ਸਿੰਬਲ ਦਾ ਰੁੱਖ ਜਿਵੇਂ ਅਸੀਂ ਆਮ ਹੀ ਆ ਪਿੰਡਾਂ ਵਿੱਚ ਵੀ ਬਹੁਤ ਅਮੀਰ ਬੰਦੇ ਦੇ ਪਿੱਛੇ ਬੜਾ ਲੱਗਦੇ ਆਪਾਂ ਵੀ ਇੱਕ ਮਾਤੜ ਜਿਹੇ ਤੇਰੇ ਵਰਗਾ ਕੋਈ ਇਨਸਾਨ ਹੈ ਤੇਰੀ ਗੱਲ ਨਹੀਂ ਕਿਸੇ ਨੂੰ ਸਮਝੀ ਉਹ ਝੂਠ ਵੀ ਬੋਲੀ ਜਾਵੇ ਤੇ ਉਹਨੂੰ ਸੱਚ ਮੰਨ ਲਵਾਂਗੇ ਬਿਲਕੁਲ ਹਾਂ ਸਰਦਾਰ ਹੀ ਇਸ ਤਰ੍ਹਾਂ ਦੇ ਸਰਦਾਰ ਇਹੋ ਜੇ ਬਣ ਗਏ ਨਾ ਆਪਣੇ ਹਣਾ ਉਹ ਕਹਿੰਦਾ ਵੀ ਸਿੰਬਲ ਰੁਖ ਸਰੇਰਾ ਸਿੰਬਲ ਦਾ ਰੁੱਖ ਹੈ ਨਾ ਲੰਮਾ ਹੁੰਦਾ ਉੱਚਾ ਹੁੰਦਾ ਲੰਮਾ ਹੁੰਦਾ ਮੋਟਾ ਹੁੰਦਾ ਕਹਿੰਦਾ ਸਿੰਬਲ ਰੁਖ ਸਰੇਰਾ ਅਤਿ ਦੀਰਗ ਅਤਿ ਮੁੱਤ ਉਹ ਜੇ ਆਇਆਸ ਕਹਿੰਦਾ ਪੰਛੀ ਆਸ ਕਰਕੇ ਆਉਂਦਾ ਤੇ ਜਾਇ ਨਰਾਸੇ ਕੇ ਤੇ ਨਰਾਸ਼ ਹੋ ਕੇ ਚਲੇ ਜਾਂਦਾ ਜਿਵੇਂ ਕਹਿੰਦਾ ਫਲ ਫਿੱਕੇ ਫਲ ਵੀ ਫਿੱਕੇ ਫੁੱਲ ਬਖ ਬਖੇ ਫੁੱਲ ਵੀ ਬਖ ਬਖੇ ਤੇ ਕੰਮ ਨਾ ਆਏ ਪਤਾ ਪੱਤੇ ਵੀ ਕੰਮ ਦੇ ਨਹੀਂ ਮਿੱਠਤ ਨਹੀਂ ਵੀ ਨਾਨਕਾ ਗੁੰਚ ਗਏ ਆਪਸਰ ਵੀ ਅਫੀਸ਼ੀਅਟ ਕਰਦੇ ਆ ਫਿਰ ਇਸ ਚੀਜ਼ ਨੂੰ ਕਰਦੇ ਆ ਮੈਂ ਹਾਂਜੀ ਮੇਰੇ ਆਈਜੀ ਸਾਹਿਬ ਆ ਬੜਾ ਮਾਣਿਆ ਸਾਨੂੰ ਖਲੇਰ ਸਾਹਿਬ ਆ ਸਾਡੇ ਲੱਗੇ ਹੋਏ ਤੇ ਉਹਨਾਂ ਨੇ ਮਾਨ ਸਨਮਾਨ ਕੀਤਾ ਜੀ ਮੈਨੂੰ ਬੁਲਾ ਕੇ ਸਨਮਾਨਤ ਕੀਤਾ ਸੀ ਮੈਨੂੰ ਵਧੀਆ ਲੱਗਿਆ ਮੈਨੂੰ ਵੀ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਆ ਬਾਕੀ ਵਿਭਾਗ ਵਿੱਚ ਹਜੇ ਹੋਰ ਤੇ ਕੋਈ ਮਾਨਸੰਮਤਕਾਰ ਨਹੀਂ ਕੁਝ ਨਹੀਂ ਹੋਇਆ ਬਾਈ ਅੱਛਾ ਹਾਂਜੀ ਹਾਂ ਇੱਕ ਵਿਭਾਗ ਦੀ ਗੱਲ ਕਰ ਲੀ ਹਣਾ ਮੈਂ ਜਿਵੇਂ ਕਿਹਾ ਸੀ ਆਪਾਂ ਖੁੱਲੀਆਂ ਡੁੱਲੀਆਂ ਗੱਲਾਂ ਕਰਾਂਗੇ ਹਾਂ ਹਾਂ ਜਿਵੇਂ ਵਿਭਾਗਾਂ ਤੋਂ ਡੈ ਹੋ ਜਾ ਹਣਾ ਹਾਂਜੀ ਹਾਂਜੀ ਐਕਸਟਰਾ ਹਾਈ ਜੇ ਦੇ ਨਾਲ ਤੁਸੀਂ ਟੀਮ ਬਣ ਕੇ ਚੱਲ ਰਹੇ ਹੋ ਔਰ ਛਰਾਫੜ ਲਈ ਕਦੇ ਉਹ ਆ ਗਿਆ ਬਾਈ ਸਖਚੈਨ ਉਹ ਕੰਮ ਕਿਵੇਂ ਲੱਗਦਾ ਇੱਕ ਪਾਸੇ ਉਹ ਪਾਸਾ ਇੱਕ ਪਾਸੇ ਉਹ ਪਾਸਾ ਬਾਈ ਇਹ ਸਾਡੀ ਡਿਊਟੀ ਹੈ ਨਾ ਵੈਗਰੂ ਨੇ ਚਲੋ ਜੌਬ ਦਿੱਤੀ ਹੈ ਨਾ ਇਹਦੇ ਕਾਬਲੀ ਸੀ ਜੇਕਰ ਹੋਰ ਚੰਗੀ ਕਾਬਲ ਹੁੰਦੇ ਤੇ ਮਾਲਕ ਉਹਦੇ ਕਾਬਲ ਕਰ ਦਿੰਦਾ ਅਸੀਂ ਇਹੋ ਜਿਹੇ ਦੀ ਕਾਬਲੀ ਸੀ ਕਿਉਂਕਿ ਜਿੱਥੇ ਮਾਲਕ ਨੂੰ ਜਿਹੜੇ ਖਾਨੇ ਦੇ ਅਸੀਂ ਹੈਗੇ ਹਨਾ ਉਸ ਖਾਨੇ 'ਚ ਹੀ ਉਹਨੇ ਪਾਉਣਾ ਅਲਮਾਰੀ ਚੋਂ ਉਥੇ ਖਾਨੇ ਉਹੋ ਜਗ੍ਹਾ ਤੇ ਹੀ ਸਾਨੂੰ ਪਿੱਟ ਕਰਨਾ ਜਿਹੜੇ ਅਸੀਂ ਜਿਵੇਂ ਨਾਟਰਾ ਵੀ ਜਿਵੇਂ ਉਹੋ ਜੇ ਨਾਟ ਤੇ ਲੱਗਦਾ ਜਿਹੜਾ ਹਨਾ ਜਿਹੜੇ ਟਾਇਰ ਤੇ ਲੱਗਣਾ ਟਾਇਰ ਤੇ ਜੇ ਕਮਾਨੀਆਂ ਤੇ ਕਮਾਨੀਆਂ ਤੇ ਨਾ ਅਲੱਗ-ਅਲੱਗ ਲੱਗਦੇ ਹਨਾ ਤੇ ਅਸੀਂ ਇਹਦੇ ਕਾਬਲ ਸੀ ਤੇ ਪਰ ਮੈਕਮਾ ਜ਼ਰੂਰੀ ਨਹੀਂ ਵੀ ਸਾਡਾ ਹੀ ਯਾਰ ਇਦਾਂ ਦਾ ਵੇ ਰਿਸ਼ਵਤਖੋਰ ਯਾਰ ਨਾ ਸਾਡਾ ਮੈਕਮਾ ਅਸਲ ਵਿੱਚ 2-4 ਬੰਦਿਆ ਕਰਕੇ ਬਦਨਾਮ ਆ ਨਹੀਂ ਤੇ ਬੜੇ ਵਧੀਆ ਇਨਸਾਨ ਇਹਦੇ ਵਿੱਚ ਬਹੁਤ ਹੀ ਵਧੀਆ ਇਨਸਾਨ ਬੈਠੇ ਹਾਂ ਜਿਵੇਂ ਪੁਲਿਸ ਦਾ ਇੱਕ ਪੱਖ ਹੀ ਦਿਸਦਾ ਹੈ ਨਾ ਪੁਲਿਸ ਮਾੜੀ ਪੁਲਿਸ ਮਾੜੀ ਇਸ ਤਰ੍ਹਾਂ ਦੀਆਂ ਜਿਆਦਾ ਘਟਨਾਵਾਂ ਹੀ ਸਾਹਮਣੇ ਆਉਂਦੀਆਂ ਬਈ ਪੁਲਿਸ ਨੇ ਚੰਗਾ ਕਹਿਣਾ ਤਾਂ ਬਹੁਤ ਔਖਾ ਲੱਗਦਾ ਹੈ ਯਾਰ ਮੈਨੇ ਬਹੁਤ ਘਟ ਹੁੰਦੇ ਹਾਂ ਸੌਂਦਾ ਕਈ ਵਾਰੀ ਨਾ ਲੋਕੀ ਮਾਮਾ ਕਹਿੰਦੇ ਨਾ ਵੀ ਮਾਮਾ ਕਹਿੰਦੇ ਵੀ ਆਪਦੇ ਪਿਓ ਦਾ ਸਾਲਾ ਬਣਾਉਂਦੇ ਦੋ ਹੈ ਨਾ ਤੇ ਬੜਾ ਉਹ ਊਠ ਪਟਾਂਗ ਬਹੁਤ ਬੋਲਦੇ ਆ ਵੈਸੇ ਵੀ ਜੇ ਕਿਸੇ ਨੂੰ ਨਾ ਤੇ ਉਹ ਲੋਕੀ ਸਮਝਣਗੇ ਵੀ ਸਾਨੂੰ ਛਾਂ ਦੇ ਜਾਣ ਕੇ ਸਾਡਾ ਧੱਕੇ ਕਰ ਰਹੇ ਹਨ ਪਰ ਅਸੀਂ ਇਦਾਂ ਦੇ ਸੁਭਾਣੀਆਂ ਸਾਡੇ ਲੋਕਾਂ ਨੂੰ ਲੱਗਦਾ ਵੀ ਸਾਡੇ ਸੁਭਾ ਇਦਾਂ ਦੇ ਆ ਹੁਣ ਜੇ ਜਦੋਂ ਵੀ ਕਿਸੇ ਤੇ ਭੀੜ ਪੈਂਦੀ ਹੈ ਭੱਜ ਕੇ ਪੁਲਿਸ ਖਾਣੇ ਕਿਉਂ ਜਾਂਦਾ ਜਾਂਦੇ ਫਿਰ ਆਪ ਹੀ ਨਿਬੇੜ ਲਿਆ ਕਰਨ ਬਿਲਕੁਲ ਹੈਨਾ ਹਾਂ ਜੇ ਗਲਤ ਕੰਮ ਕਰਾਉਣਾ ਤੇ ਤੁਸੀਂ ਜਾਣ ਕੇ ਵੀ ਰਿਸ਼ਵਤ ਦਿੰਨੇ ਫਿਰ ਪੁਲਿਸ ਬਦਨਾ ਆਪ ਹੀ ਦੇ ਕੇ ਆਪ ਹੀ ਬਦਨਾਮ ਕਰਦੇ ਹੈਨਾ ਜਦੋਂ ਤੁਸੀਂ ਇੱਕ ਨੰਬਰ ਕੰਮ ਕਰਦੇ ਜਾਂ ਵਧੀਆ ਕੰਮ ਕਰਦੇ ਤੁਹਾਨੂੰ ਕਿਸ ਦਾ ਡਰ ਨਹੀਂ ਤੁਹਾਨੂੰ ਕਿਉਂ ਤੁਸੀਂ ਕਿਉਂ ਪੈਸੇ ਦਿੰਨੇ ਜੇ ਤੁਸੀਂ ਕਰਨੇ ਹੀ ਗਲਤ ਕੰਮ ਆ ਫਿਰ ਤੁਸੀਂ ਉਹ ਕੰਮ ਵੀ ਕਰੋਗੇ ਲੋਕ ਕਰਦੇ ਆ ਫਿਰ ਉਹ ਤੁਹਾਡੇ ਕੋਲੇ ਵੀ ਆਪਰਾ ਕਰਦੇ ਆ ਇਸ ਤਰ੍ਹਾਂ ਦੀਆਂ ਆਉਂਦੀਆਂ ਬਾਈ ਕਰਦੇ ਆ ਹੁਣ ਛਾੜਦੇ ਨਹੀਂ ਲੋਕ ਨਾ ਅਸ ਪਰ ਕੀ ਆ ਬਈ ਵੀ ਆਪਾਂ ਤੈਨੂੰ ਪਤਾ ਰਜੀਤ ਵੀਰੇ ਤੂੰ ਮੇਰੇ ਨਾਲ ਬੜੇ ਲੰਮੇ ਟਾਈਮ ਤੋਂ ਵਰਤ ਰਿਆ ਆ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਆ ਨਾ ਹੂੰ ਇਹਨਾਂ ਚੀਜ਼ਾਂ ਉਹ ਫਿਰ ਕਿਵੇਂ ਨਜ਼ਰ ਅੜਦੇ ਆ ਜਦੋਂ ਇਹੋ ਜਿਹੇ ਲੋਕ ਆਉਂਦੇ ਆ ਬਈ ਬਾਈ ਇਗਨੋਰ ਹੀ ਮਾਰੀਦਾ ਕਹਿਦਾ ਬਾਈ ਯਾਰਾ ਵੀ ਇਹ ਸਾਡੇ ਵਸਦਾ ਨਹੀਂ ਕੰਮ ਨਾ ਵੀ ਤੁਸੀਂ ਜਾਓ ਮਿੰਤ ਤਰ ਲਈ ਤੁਹਾਡੇ ਕੋਲ ਨਾ ਇਹ ਕਈ ਵਾਰ ਰਿਸ਼ਤੇਦਾਰਾਂ ਦੀਆਂ ਵੀ ਸਪਰਸ਼ ਆ ਜਾਂਦੀਆਂ ਘਰੋਂ ਵੀ ਆ ਜਾਂਦੀਆਂ ਵੈਸੇ ਮੈਂ ਤੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਮੈਂ ਤੇ ਅਸਲ ਵਿੱਚ ਤੁਹਾਡੇ ਨਾਲ ਮੋਟਰਸਾਈਕਲ ਸਵਾਉਣ ਲਈ ਰੱਖਿਆ ਉਹ ਨਹੀਂ ਯਾਦ ਕਰਨਾ ਅੱਛਾ ਹਾਂ ਮੈਂ ਉਹਨਾਂ ਨੂੰ ਫੋਨ ਕਰਾਣਾ ਮੇਰਾ ਮੋਟਰਸਾਈਕਲ ਫਸ ਗਿਆ ਮੇਰਾ ਕਾਰ ਮੈਂ ਕਿਹਾ ਬਾਈ ਜੀ ਮੇਰਾ ਨੰਬਰ ਹੀ ਤੁਸੀਂ ਤਾਂ ਰੱਖਿਆ ਵੀ ਮੈਂ ਤੁਹਾਡਾ ਸਿਰਫ ਮੋਟਰਸਾਈਕਲ ਸਵਾਉਣ ਲਈ ਆਂ ਹੋਰ ਕੋਈ ਨਹੀਂ ਕਦੇ ਵੀ ਉਹ ਨਹੀਂ ਯਾਦ ਕਰਨਾ ਉਹ ਨਹੀਂ ਯਾਦ ਕਰਨਾ ਬਈ ਇਹ ਸੱਚ ਵੀ ਹੈ ਬਈ ਹਨ ਬਿਲਕੁਲ ਜੀ ਮੈਂ ਕਿਹਾ ਵੀ ਤੁਸੀਂ ਮੈਨੂੰ ਇਹ ਲਿਖ ਵੀ ਵੀ ਇਹ ਹੀ ਨਾਮ ਤੇ ਨੋਟ ਕਰ ਲਓ ਵੀ ਮੋਟਰਸਾਈਕਲ ਛਡਾਉਣ ਵਾਲਾ ਹਨਾ ਇਹ ਸੇਵ ਕਰ ਲਓ ਨਾ ਇੱਕ ਡਰ ਬਣ ਜਾਂਦਾ ਹੈ ਨਾ ਆਮ ਤੌਰ ਤੇ ਕਹਿੰਦੇ ਵੀ ਸੁਰੱਖਿਆ ਦੀ ਭਾਵਨਾ ਹੋਣੀ ਚਾਹੀਦੀ ਹੈ ਪੁਲਿਸ ਨੂੰ ਦੇਖਦਾ ਅਗਲਾ ਡਰ ਬਣ ਜਾਂਦਾ ਹੈ ਕਿਤੇ ਮੇਰੀ ਇੱਥੋਂ ਜੇਬ ਇਧਰਲੇ ਪਾਸੇ ਨਾ ਕੱਟ ਕੇ ਲੈ ਜੇ ਕਿਤੇ ਇਧਰੋਂ ਉਹ ਛਵੀ ਹੈ ਜਿਹੜੀ ਉਹਨੂੰ ਕਿਵੇਂ ਸੁਖਚੈਨ ਲੱਗਦਾ ਉਹ ਸੁਧਾਰ ਹੋਊਗਾ ਉਸ ਚ ਜਿਵੇਂ ਤੁਹਾਡੇ ਵਾਂਗੂ ਹਾਂ ਬੜੇ ਵਧੀਆ ਮੁੰਡੇ ਭਰਤੀ ਹੋ ਰਹੇ ਆ ਜਿਹੜੇ ਨਵੇਂ ਡੀਐਸਪੀ ਆ ਰਹੇ ਆ ਜਾਂ ਸਬ ਇੰਸਪੈਕਟਰ ਆ ਰਹੇ ਆ ਵਧੀਆ ਤਕਰੀਬਨ ਨਹੀਂ ਵਧੀਆ ਬਈ ਹਣਾ ਪਰ ਇੱਕ ਛਵੀ ਐ ਮੜਾਂਦੀ ਹੈ ਜੀ ਹੁਣ ਥੋੜੀ ਜੀ ਚੀਜ਼ ਨੂੰ ਵੱਧ ਚੜਾ ਕੇ ਕਹਿਣਾ ਵੀ ਇਹ ਤੇ ਯਾਰ ਆਏ ਆ ਪੂਸ ਆਏ ਆ ਹੁੰਦਾ ਕੁਛ ਨਹੀਂ ਜਿਆਦਾਤਰ ਮੈਂ ਵੇਖਣਾ ਵੀ ਐਵੇਂ ਕਹਿ ਦੇਣਾ ਯਾਰ ਫਲਾਨਾ ਆਇਆ ਤੇ ਢਿੰਕੜਾ ਆਇਆ ਜਦੋਂ ਉਹਦੇ ਬੰਦੇ ਨਾਲ ਮਲੀਵਰਤੀ ਦਾ ਕਈ ਦੇਰ ਨਹੀਂ ਯਾਰ ਇਦਾਂ ਦਾ ਨਹੀਂ ਹੋ ਸਕਦਾ ਵੀ ਲੋਕਾਂ ਨੂੰ ਜਾਣ ਕਿਸੇ ਨੂੰ ਬਦਨਾਮ ਕਰਨਾ ਵੀ ਵੱਧ ਚੜਾ ਕੇ ਗੱਲ ਕਰ ਲੋ ਤੁਸੀਂ ਉਹਦੀ ਤਾਰੀਫ ਕਰਨ ਦੀ ਬਜਾਏ ਉਹਨੂੰ ਵੱਧ ਤੋਂ ਵੱਧ ਬੁਰਾ ਕਹਿਣ ਲਾਪੋ ਲੋਕ ਉਹਨੂੰ ਬੁਰਾ ਕਹਿਣ ਲਾਪਣਗੇ ਤੁਹਾਡੇ ਵਿੱਚ ਹੀ ਹੈ ਨਾ ਤੁਸੀਂ ਮੈਨੂੰ ਅੱਜ ਕਹਿਣ ਲਾਪੋ ਤੁਸੀਂ ਇੱਕ ਦੋ ਚੈਨਲਾਂ ਦੇ ਬੁੱਲਦੂ ਲੋਕ ਨੇ ਇਹ ਥੋੜਾ ਸੇਖਣਾ ਮੇਰੇ ਕੰਮ ਥੋੜਾ ਵੇਖਣੇ ਲੋਕੜੇ ਬੁਰਾ ਕਹਿਣਾ ਸ਼ੁਰੂ ਗੱਲਾਂ ਕੱਟਣੀਆਂ ਸ਼ੁਰੂ ਕਰ ਦੇਣੀਆਂ ਹਾਂ ਤੇ ਜਿਹੜਾ ਫੇਸਬੁੱਕ ਦਾ ਜਾਂ YouTube ਦਾ ਜ਼ਮਾਨਾ ਤੇ ਇਹਦੇ ਵਿੱਚ ਤੇ ਬਸ ਮਾੜੀ ਜੀ ਗਲਤੀ ਵੇਖਦੇ ਲੋਕ ਉਹਦੇ ਕੰਮਾਂ ਵੱਲ ਨਹੀਂ ਛੋਟੀ ਜੀ ਗਲਤੀ ਨੂੰ ਉਹਦੇ ਪਿਛਲੇ ਕੰਮ ਨਹੀਂ ਵੇਖਣੇ ਜਾਂ ਉਹਦੇ ਅੱਜ ਦੇ ਕੰਮ ਨਹੀਂ ਵੇਖਣੇ ਉਹਦੇ ਉਹਦਾ ਕਰਤਾਰ ਨੂੰ ਕਿਵੇਂ ਗਰਾਫਟ ਚ ਲਿਆਉਣਾ ਕਿਵੇਂ ਨੀਮਾ ਵਿਖਾਉਣਾ ਉਹ ਵੇਖਦੇ ਲੋਕ ਭਾਈ ਡਿਊਟੀ ਦੇ ਨਾਲ ਜਿਵੇਂ ਆਪਣਾ ਹਨਾ ਘਰੇਲੂ ਵੀ ਆ ਗਿਆ ਇੱਕ ਆਪਣਾ ਉਧਰ ਵੀ ਆ ਰਿਸ਼ਤੇਦਾਰੀਆਂ ਵੀ ਆ ਪਰਿਵਾਰ ਹੈ ਉਹਨੂੰ ਮੈਨੇਜ ਕਿਵੇਂ ਕੀਤਾ ਜਾਂਦਾ ਫਿਰ ਇੱਕ ਪਾਸੇ ਡਿਊਟੀ ਵੀ ਆ ਤੇ ਉਹ ਵੀ ਦੂਜਾ ਕਰਤਾਰ ਹੈ ਥੋੜਾ ਜਿਆਦਾ ਦੇ ਸਰੀਰ ਨੂੰ ਤੰਗੀ ਦੇਣੀ ਪੈਂਦੀ ਹੈ ਹਮ ਹਣਾ ਮੈਂ ਵੇਖੋ ਜੀ ਸੁਬਾ 4 3:30 ਉੱਠ ਜਾਣਾ ਜੀ ਮੈਂ ਗਰਾਊਂਡ 'ਚ ਵੀ ਜਾਣਾ ਹੁੰਦਾ ਮਿਹਨਤ ਵੀ ਲਾਉਣੀ ਮੇਰੇ ਕੋਲੇ ਬੱਚੇ ਵੀ ਵੱਡੇ ਟ੍ਰੇਨਿੰਗ ਅੱਜ ਤੱਕ ਮੈਂ ਬੱਚਿਆਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਪੀ ਆਪ ਪੁਲਿਸ ਦੀ ਜਾਂ ਫੌਜ ਦੀ ਮੈਂ ਕਿਸੇ ਤੋਂ 1 ਰੁਪਿਆ ਵੀ ਕੋਈ ਕਹਦੇ ਅੱਜ ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਕੋਈ ਬੰਦਾ ਕਹਦੇ ਮੈਨੂੰ 100 ਰੁਪਿਆ ਵੀ ਦਿੱਤਾ ਘਰੋਂ ਦੇਈਦਾ ਯਾਰ ਚਾਹ ਪਾਣੀ ਰੋਟੀ ਪਾਣੀ ਮੇਰੇ ਕੋਲੋਂ ਬਾਹਰੋਂ ਆ ਕੇ ਬੱਚੇ ਵੀ ਰਹਿ ਜਾਂਦੇ ਪਰ ਕਦੇ 1 ਰੁਪਿਆ ਨਹੀਂ ਲੈ ਕੇ ਕੋਈ ਵੀ ਕਹਦੇ ਬਈ ਯਾਰ ਉਹ ਤੁਸੀਂ ਜੰਮ ਵੀ ਰੱਖੀ ਹੈ ਹਨਾ ਘਰੇ ਘਰੇ ਆ ਕੇ ਜੰਮ ਵੀ ਲਾਉਂਦੇ ਲੋ ਬੱਚੇ ਬੜੇ ਮੇਰੇ ਕੋਲ ਮੈਂ ਉਹ ਧੰਨਵਾਦ ਮੇਰੇ ਭਰਾ ਆ ਹਨਾ ਜਿਨ੍ਹਾਂ ਨੇ ਮੈਨੂੰ ਥੋੜੀ ਸਪੋਰਟ ਕੀਤੀ ਸਮਾਨ ਲੈਣ ਲਈ ਹੈਲਪ ਕੀਤੀ ਆ ਤੇ ਪਰ ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਬਾਈ ਇਹੋ ਜਿਹਾ ਕੰਮ ਕਰਦੇ ਆ ਤੇ ਬੜੇ ਬੱਚੇ ਸੁਧਰੇ ਆ ਮੈਂ ਕਹਿੰਦਾ ਵੀ ਯਾਰ ਮੈਂ ਅਨੇਕਾਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰ ਚੁੱਕਿਆ ਆ ਅਨੇਕਾਂ ਬੱਚਿਆਂ ਆਪ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਹਨਾ ਕਿਹੋ ਜਿਹਾਂ ਪਰ ਆਪਾਂ ਹਰੇਕ ਬੱਚੇ ਨੂੰ ਇਹ ਮੇਰੇ ਕੋਲ ਮੈਂ ਕਹਿੰਦਾ ਵੀ 10 ਦਿਨ 15 ਦਿਨ ਬੱਚਾ ਲਾ ਜੇ ਮੈਂ ਨਸ਼ੇ ਦੇ ਨੇੜੇ ਨਹੀਂ ਜਾਣ ਦਊਂਗਾ ਹਾਂ ਇਹ ਗਰੰਟੀ ਲੈਣਾ ਇੱਕ ਵਈ ਜਿਵੇਂ ਮੇਰੀ ਗੱਲ ਫੇਰ ਉਹ ਆ ਗਈ ਹੈ ਨਾ ਜਹਮ ਦੇ ਵਿੱਚ ਮਾਮੇ ਵਾਲੇ ਹਾਂਜੀ ਮਾਮੇ ਵਾਲੇ ਮਾਮੇ ਕਹਿੰਦੇ ਜੀ ਤੋਂ ਹਨ ਵੀ ਉਹ ਮੋੜ ਤੇ ਮਾਮੇ ਖੜੇ ਆ ਉਹ ਖੜੇ ਉਹਦਾ ਗੁੱਸਾ ਹੁੰਦਾ ਜਿਵੇਂ ਲੱਗਦਾ ਵੀ ਹਾਂ ਯਾਰ ਸਾਨੂੰ ਕਹਿੰਦੇ ਹੋਣਗੇ ਚਲ ਕੋਈ ਤਾਂ ਕੋਈ ਤਾਂ ਰਿਸ਼ਤੇਦਾਰੀ ਬਣਾਉਂਦਾ ਫੇਰ ਨਾ ਵੀ ਮਾਮੇ ਖੜਾ ਵਧੀਆ ਸ਼ਬਦ ਹੈ ਨਾ ਚਲੋ ਪੈਣਾ ਹੀ ਬੰਦੀਆਂ ਸਾਡੀਆਂ ਕਰਨ ਹਾਂ ਕਈ ਵਾਰੀ ਮੈਂ ਵੇਖਿਆ ਨਾ ਵੀ ਕਿਤੇ ਨਾਕੇ ਤੇ ਤੇ ਬੱਚੇ ਜਾਂ ਗੱਡੀ ਵਾਲੇ ਉਹ ਕਹਣਗੇ ਮਾਮਾ ਜੀ ਹੈ ਤੁਹਾਡੇ ਹਨ ਤੇ ਹਾਂ ਸਭ ਆਉਂਦਾ ਨਾ ਵੀ ਲੋਕਾਂ ਦੇ ਜਣਾ ਕਿਹੋ ਜਿਹਾ ਵੀ ਮਾਮਾ ਹੀ ਕਹਿਣਾ ਉਹਨਾਂ ਨੇ ਹੋਰ ਕੋਈ ਚਾਚਾ ਤਾਇਆ ਕੁਝ ਬਾਬੇ ਕਹਿੰਦੇ ਮਾਮਾ ਇਹ ਮਾਮਾ ਸ਼ਬਦ ਕਿਵੇਂ ਬਣ ਗਿਆ ਇਦਰੋਂ ਆ ਗਿਆ ਉਹ ਫਿਰ ਆਪਦੇ ਹਸਬੈਂਡ ਦਾ ਵੀ ਰਿਸ਼ਤੇਦਾਰੀ ਬਣਾਉਂਦੇ ਨਾ ਵੀ ਸਾਲਾ ਬਣੇ ਇਹਨਾਂ ਦਾ ਹਮ ਐ ਨਹੀਂ ਪਤਾ ਵੀ ਉਹ ਕੰਮ ਉਹ ਵੱਧ ਆਉਂਦਾ ਹੈ ਨਾ ਸਭ ਤੋਂ ਵੱਧ ਤਾਂ ਉਹੀ ਆਉਂਦਾ ਸਭ ਤੋਂ ਵੱਧ ਮਾਮਾ ਹੀ ਕੰਮ ਆਉਂਦਾ ਨਾ ਹਾਂ ਜਿਹੜੇ ਰਿਸ਼ਤੇਦਾਰੀਆਂ ਉਹ ਜਿਹੀਆਂ ਹੁੰਦੀਆਂ ਉੱਥੇ ਮਾਮਾ ਨਿਭਾਉਂਦਾ ਜਿਵੇਂ ਪਿਓ ਦੀ ਥਾਂ ਤੇ ਮਾਮਾ ਆਉਂਦਾ ਉਹਦਾ ਦੇ ਮਾਮਾ ਆਉਂਦਾ ਨਾ ਹਮ ਪਰ ਪੁਲਿਸ ਦੇ ਵਿੱਚ ਜਾਣ ਕੇ ਸਾਨੂੰ ਕਹਿੰਦੇ ਮਾਮੇ ਖੜੇ ਉੱ ਅਸਿਕਚੈਨ ਜਿਵੇਂ ਇਧਰਲੇ ਪਾਸੇ ਗੱਲ ਕਰ ਲਈ ਐਕਸਰਾਈਜ਼ ਵਿਭਾਗ ਆ ਗਿਆ ਹਨਾ ਲਗਾਤਾਰ ਇਸ ਤਰੀਕੇ ਦੀਆਂ ਵੀ ਜਿਵੇਂ ਤੁਸੀਂ ਪੋਸਟ ਅਕਸਰ ਸ਼ੇਅਰ ਕਰਦੇ ਰਹਿੰਦੇ ਹੋ ਹਨਾ ਇਧਰਲੇ ਪਾਸੇ ਜਿਵੇਂ ਆਪਣੇ ਪੰਜਾਬੀਆਂ ਦੀ ਥਾਂ ਤੇ ਬਾਹਰੀ ਲੈ ਰਹੇ ਆ ਇਹਨੂੰ ਕਿਵੇਂ ਦੇਖਦੇ ਹੋ ਬਈ ਜ਼ਿਆਦਾਤਰ ਭਾਰਤੀਆਂ ਜਿਹੜੀਆਂ ਬਾਹਰੀ ਹੋ ਰਹੀਆਂ ਬਈ ਗਲਤ ਹੈ ਜੀ ਸਾਡੇ ਆਪ ਤੇ ਬੱਚਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹਮ ਪੰਜਾਬ ਦਾ ਇਹ ਸਿਸਟਮ ਗਲਤ ਹੈ ਮੈਂ ਬਾਈ ਜੀ ਸੀਆਈਐਸਐਸਪੀ ਜੀ ਤੁਸੀਂ ਕੇਰਲਾ ਤੁਸੀਂ 2004 ਦੇ ਵਿੱਚ ਵੇਖਿਆ ਹੋਊਗਾ ਨਾ ਆਸਾਮ ਦੇ ਵਿੱਚ ਇਸ ਗੱਲ ਦੇ ਪਿੱਛੇ ਇੱਕ ਬਹੁਤ ਵੱਡਾ ਦੰਗਾ ਹੋਇਆ ਸੀ ਵੀ ਤੁਸੀਂ ਬਾਹਰੋਂ ਨਹੀਂ ਲੈਣੇ ਸਾਡੇ ਪੰਜਾਬ ਦੇ ਹੀ ਲੈਣੇ ਅੱਛਾ ਉੱਥੇ ਆਸਾਮ ਦੇ ਹੀ ਲੈਣੇ ਆਸਾਮ ਵਾਲੇ ਕਹਿੰਦੇ ਅਸੀਂ ਆਪਣੀ ਦੇ ਵਿੱਚ ਤਕਰੀਬਨ ਬਾਹਰੋਂ ਜਾ ਜਾ ਭਰਤੀ ਹੁੰਦੀ ਸੀ ਉਹਨਾਂ ਨੇ ਰੋਕ ਲਾਤੀ ਸੀ ਉਹਨਾਂ ਨੇ ਉੱਥੇ ਜਿਹੜੀ ਰੇਲਵੇ ਦੀ ਭਰਤੀ ਹੁੰਦੀ ਸੀ ਉੱਥੇ ਵੀ ਰੋਕ ਲਾਤੀ ਸੀ ਵੀ ਬਾਹਰੋਂ ਆ ਕੇ ਨਹੀਂ ਇੱਥੇ ਕੋਈ ਜਿਹੜਾ ਉਹੀ ਉਹੀ ਰਹੂਗਾ ਉੱਥੋਂ ਦੇ ਸਟੇਟ ਦਾ ਹੀ ਭਰਤੀ ਹੋਊਗਾ ਇਹ ਗਲਤ ਆ ਅਸੀਂ ਇਹ ਵੀ ਮੰਗ ਕਰਦੇ ਆ ਵੀ ਆਪਦੇ ਬੱਚਿਆਂ ਨੂੰ ਰੋਜ਼ਗਾਰ ਦੇਈਏ ਆਪਣੇ ਪੰਜਾਬ ਨੂੰ ਰੋਜ਼ਗਾਰ ਦੇਈਏ ਨਾ ਉਹ ਕੋਈ ਵੀ ਕਬੀਲੇ ਚ ਹੋਵੇ ਕੋਈ ਵੀ ਕਿਸੇ ਵੀ ਧਰਮ ਦਾ ਇਹ ਨਹੀਂ ਹੈ ਹੋਵੇ ਪੰਜਾਬ ਦਾ ਇੱਥੋਂ ਦਾ ਪੜਿਆ ਲਿਖਿਆ ਜਿਹੜਾ ਇੱਥੋਂ ਸਦੀਆਂ ਤੋਂ ਰਹਿ ਰਿਹਾ ਉਹਨੂੰ ਰੋਜ਼ਗਾਰ ਮਿਲਣਾ ਚਾਹੀਦਾ ਭਾਈ ਸੀਐਸਪ ਤੋਂ ਲੈ ਕੇ ਤੇ ਜੇ ਪੰਜਾਬ ਪਾਸ ਦੀ ਕਰ ਲਈ ਕਿੰਨਾ ਕੁ ਲੱਗਦਾ ਸੀਗਾ ਆਪਸ ਵਿੱਚ ਵੀ ਉੱਥੇ ਸੰਗੇ ਸੀ ਕਿ ਇੱਥੇ ਚੰਘਿਓ ਫਰਕ ਡਿਊਟੀ ਦਾ ਕਿੰਨਾ ਕੁ ਲੱਗਦਾ ਇੱਥੇ ਸੌਖੇ ਬਾਈ ਜੀ ਉੱਥੇ ਫਿਰ 6-6 ਮਹੀਨੇ ਘਰੇ ਨਹੀਂ ਹੋਣਾ ਨਾ ਹੂੰ ਪਰ ਬੰਦਾ ਉਹੋ ਜਿਹਾ ਹੋ ਜਾਂਦਾ ਤਕਰੀਬਨ ਜਿਹੋ ਜੀ ਜਗ੍ਹਾ ਤੇ ਰਵੇ ਨਾ ਉਹੋ ਜਿਹਾ ਹੀ ਹੋ ਜਾਂਦਾ ਸੁਖਚਾਨੀ ਕਹੋ ਜੀ ਇਹ ਦੱਸਿਓ ਵੀ ਜਿਵੇਂ ਆਂਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਹਨਾ ਵੀ ਐਂ ਲੱਗਦਾ ਹੁੰਦਾ ਕਈ ਵਾਰੀ ਆਪਾਂ ਕਹਿ ਦਈਏ ਯਾਰ ਹਾਂਜੀ ਤੇ ਐਂ ਲੱਗਦਾ ਫਿਰ ਐਵੇਂ ਡਰ ਲੱਗਦਾ ਵੀ ਯਾਰ ਕਹਿ ਤੀ ਕਿਤੇ ਆਹ ਗੱਲ ਐਂ ਨਾ ਹੋ ਜੇ ਨਹੀਂ ਇੱਥੇ ਕੀ ਆਪਾਂ ਜੋ ਸਹੀ ਹੈ ਤੇ ਸਹੀ ਨੂੰ ਸਹੀ ਕਹਿ ਦੋ ਗਲਤ ਨੂੰ ਗਲਤ ਕਹਿ ਦੋ ਨਾ ਕੋਈ ਵੱਡੀ ਗੱਲ ਨਹੀਂ ਤੇ ਕੋਈ ਕਿੱਸਾ ਕੋਈ ਉਸ ਤਰੀਕੇ ਦਾ ਨਾਲ ਜਿਹੜਾ ਅਫਸਰ ਵੀ ਕਈ ਵਾਰਾਂ ਇਦਰ ਉਧਰ ਕਰ ਜਾਂਦੇ ਐ ਲੱਗਦਾ ਹੁੰਦਾ ਵੀ ਯਾਰ ਨਹੀਂ ਯਾਰ ਵੀ ਇੱਥੇ ਆਪਾਂ ਨੂੰ ਐ ਲੱਗਦਾ ਹੁੰਦਾ ਨਹੀਂ ਯਾਰ ਮੈਂ ਇਹ ਕੰਮ ਨਹੀਂ ਕਰਦਾ ਤੇ ਪਰ ਯਾਰ ਮੈਨੂੰ ਤਾਂ ਐ ਲੱਗਦਾ ਵੀ ਆ ਛੱਡ ਜਾਣਾ ਚਾਹੀਦੀ ਯਾਰ ਇੱਥੇ ਆ ਨਹੀਂ ਕਰਨੀ ਜਾ ਉਹ ਵੀ ਛੱਡ ਦੇਣੀ ਚਾਹੀਦੀ ਹੈ ਨਹੀਂ ਵੇਖੋ ਜੀ ਜਿਸ ਵਿਭਾਗ ਨੇ ਸਾਨੂੰ ਮਾਨ ਸਤਕਾਰ ਦਿੱਤਾ ਨਾ ਤੇ ਵੇਖੋ ਵੇਖੀ ਆਮ ਘਰਾ ਚੋਟ ਕੇ ਅਸੀਂ ਭਰਤੀ ਹੋਏ ਨਾ ਤੇ ਸਾਡਾ ਪਰਿਵਾਰ ਦਾ ਪਾਲਣ ਪੋਸ਼ਣ ਹੋ ਰਿਹਾ ਨਾ ਕਹਿੰਦੇ ਜਿਹੜੇ ਮੁਲਕ ਦਾ ਖਾਈਏ ਉਹਦਾ ਪੁਰਾ ਨਹੀਂ ਮੰਗੀਦਾ ਨਾ ਉਹਦਾ ਬੁਰਾ ਨਹੀਂ ਸੋਚਣਾ ਚਾਹੀਦਾ ਨਾ ਸਾਡਾ ਵੀ ਹੋਰ ਵੀ ਵਿਭਾਗ ਹੈ ਜਿਹੜੇ ਸਭ ਤੋਂ ਸਾਰਿਆਂ ਤੋਂ ਟੌਪ ਤੇ ਕੰਮ ਗਲਤ ਕਰਦੇ 68 ਬਟਲਾ ਮਹਿਕਮਾ ਕਹਿੰਦੇ ਆ ਨਾ ਠਾ ਠਾ ਤੇ ਅਸੀਂ ਆਪਦੇ ਹੁਣ ਮਹਿਕਮੇ ਨੂੰ ਯਾਰ ਵੀ ਜਿਹਦਾ ਅਸੀਂ ਇਹਦਾ ਖਾ ਰਹੇ ਹਾਂ ਨਾ ਤੇ ਇਹ ਤੇ ਹਮੇਸ਼ਾ ਜ਼ਿੰਦਾਬਾਦ ਹੀ ਰਹਿਣਾ ਚਾਹੀਦਾ ਜ਼ਿੰਦਾਬਾਦ ਰਹਿਣਾ ਚਾਹੀਦਾ ਕਿਉਂਕਿ ਲੋਕਾਂ ਦੀ ਵੇਖੋ ਡਿਊਟੀ ਹੁਣ ਲੋਕ ਤੇ ਕਹਿੰਦੇ ਛੈਂ ਦੇ ਘਰੇ ਬੈਠੇ ਤਨਖਾਹਾਂ ਲੈਂਦੇ ਆ ਹਾਂ ਗਲਤੀ ਹੁੰਦੀ ਆ ਸਾਹਮਣੇ ਤਾਂ ਹਾਂ ਹੁੰਦੀ ਨਾ ਭਾਈ ਜੀ ਅਸੀਂ ਜਿਹੜਾ ਧਰਨਾ ਡਿਊਟੀ ਤੇ ਹੁਣ ਮੈਂ ਪਿੱਛੇ ਜਾ ਕੇ ਆਇਆ ਹਾਂ ਤੁਸੀਂ ਹਰਾਨ ਗਲ ਤੁੱਪ ਦੇ ਵਿੱਚ 12-12 ਘੰਟੇ ਖੜਨਾ ਯਾਰ ਕੋਈ ਖਾਲਾ ਹੀ ਦਾ ਵੜਾ ਔਰ ਖੜੀ ਲੱਤ ਰਹਿਣਾ ਯਾਰ ਔਰ ਕੋਈ ਕੂਲਰ ਨਹੀਂ ਕੋਈ ਪੱਖਾ ਨਹੀਂ ਫਿਰ ਪੁਲਸ ਮਾੜੀ ਕਿੱਥੇ ਹੋਗੀ ਨਾ ਹਾਂ ਇੱਥੇ ਸਾਡੇ ਕਿਸੇ ਹੋਰ ਵਿਭਾਗ ਦੇ ਜਿਹੜਾ ਵੀ ਡਿਊਟੀ ਲੱਗੂਗੀ ਉਹਨੂੰ ਕੰਮ ਸੇ ਕੰਮ ਛਾਵੇਂ ਤੇ ਬੈਠੇ ਇਹ ਪੱਖੇ ਥੱਲੇ ਤੇ ਬੈਠੂਗਾ ਸਿਰਫ ਪੰਜਾਬ ਪੁਲਿਸ ਆ ਸਭ ਤੋਂ ਟਫ ਡਿਊਟੀ ਕਰਦੀ ਤੁਸੀਂ ਵੇਖੋਗੇ ਨਾਕਿਆਂ ਦੇ ਰਾਤਾਂ ਨੂੰ ਬਾਈ ਰਾਤ ਨੂੰ ਪਾਈਆ ਪਾਈਆ ਮੱਛਰ ਖੂਨ ਪੀ ਜਾਂਦਾ ਜਿਹੜੇ ਨਾਕਿਆਂ ਤੇ ਹੁੰਦੇ ਨਾ ਇਹਨੂੰ ਤਾਂ ਤੜਕੇ ਨੂੰ ਇਹਨਾਂ ਦਾ ਖੂਨ ਲੈਵਲ ਘਟਿਆ ਹੁੰਦਾ ਹਾਂ ਜਿਹੜੇ ਬਾਹਰ ਰਹਿੰਦੇ ਜੰਗਲੀ ਮੱਛਰ ਉਹਦੇ ਤਕੜੇ ਹੀ ਬਹੁਤ ਹੁੰਦੇ ਉਹ ਤੇ ਘੱਟੋ ਘੱਟ ਵੀ ਕੋਈ ਦੋ ਦੋ ਢਾਈ ਢਾਈ ਗ੍ਰਾਮ ਖੂਨ ਪੀ ਜਾਂਦੇ ਬੰਦੇ ਦਾ ਇੱਕ ਇੱਕ ਮੱਛਰ ਤੇ ਵੇਖੋ ਤੇ ਪਾਈ ਆ ਖੂਨ 11 ਰਾਤ ਨੂੰ ਪੁਲਿਸ ਤਾਂਖ ਦੇ ਲੋਕ ਤਾਂ ਕਹਿੰਦੇ ਪੁਲਿਸ ਲੋਕਾਂ ਦਾ ਖੂਨ ਪੀਂਦੀ ਹੈ ਮੱਛਰ ਪੀਂਦੀ ਹੈ ਉਹ ਤੇ ਰੋਕੀ ਹੁਣ ਵੇਖੋ ਗਲਤ ਹੈ ਮੰਨ ਲਾ ਵੀ ਆਪਣਾ ਰਣਜੀਤ ਵੀਰੇ ਆਪਾਂ ਮੋਟਰਸਾਈਕਲ ਲੈ ਲਿਆ ਕਾਰ ਲੈ ਲਈ ਹਣਾ ਉਹਦੀ ਆਪਾਂ ਆਰਸੀ ਨਹੀਂ ਬਣਾਈ ਅਜੇ ਤੱਕ ਉਹਦੇ ਨੰਬਰ ਹੀ ਨਹੀਂ ਲਵਾਇਆ ਯਾਰ ਫਿਰ ਇੱਥੇ ਪੁਲਿਸ ਕਿੱਧਰ ਗਲਤ ਹੋਈ ਹੁਣ ਵੇਖੋ ਆ ਨੰਬਰ ਲੱਗ ਰਹੇ ਸਰਕਾਰੀ ਹਾਂ ਲੱਗ ਰਹੇ ਤੇ ਇਹ ਵੀ ਬੰਦੇ ਸ਼ਰਮੋ ਸ਼ਰਮੀ ਲਵਾ ਰਹੇ ਆ ਵੀ ਸਾਨੂੰ ਫੜਨਗੇ ਹਾਂ ਨਹੀਂ ਤੇ ਕੀ ਲਵਾਉਣ ਫਰਜ ਨਹੀਂ ਸਭ ਦਾ ਕੋਈ ਫਰਜ ਨਹੀਂ ਸਮਝਦਾ ਕੋਈ ਤੁਸੀਂ ਵੇਖੋ 18 ਸਾਲ ਤੋਂ 15 15 ਸਾਲ ਦੇ ਮੁੰਡੇ ਜਾਨਕੀ ਐਕਸੀਡੈਂਟ ਹੋ ਰਹੇ ਆ ਗਲਤ ਜੇ ਉਹ ਚਲਾ ਗਲਤ ਰੇ ਤੇ ਜੇ ਅੱਜ ਆਪਾਂ ਉਹਨਾਂ ਦਾ ਚਲਾਨ ਕੱਢਦੇ ਤੇ ਪੁਲਿਸ ਮਾੜੀ ਹੂੰ ਪੁਲਿਸ ਨੇ ਤੇ ਆਪਦਾ ਕੰਮ ਕਰਨਾ ਹੀ ਆ ਜਿਹੜਾ ਯਾਰ 18 ਸਾਲ ਤੋਂ ਬਾਅਦ ਵੱਡਾ ਹੀ ਚਲਾ ਸਕਦਾ ਅਸੀਂ 15 ਸਾਲ ਵਾਲੇ ਨੂੰ ਮੋਟਰਸਾਈਕਲ ਫੜਾਇਆ ਸਟ੍ਰੈਸ ਕਿਨਾਂ ਕੋ ਹੁੰਦਾ ਬਈ ਡਿਊਟੀ ਦਾ ਸਟ੍ਰੈਸ ਸਟ੍ਰੈਸ ਤੇ ਹੁੰਦਾ ਹੀ ਆ ਬਾਈ ਯਾਰ ਪਤਾ ਜਦੋਂ ਕਿਸੇ ਦੇ ਅਧੀਨ ਡਿਊਟੀ ਕਰਨੀ ਨਾ ਜਦੋਂ ਹਨਾ ਤੇ ਸਟ੍ਰੈਸ ਤੇ ਹੁੰਦਾ ਹੀ ਹੈ ਨਾ ਇੱਕ ਬੰਦੇ ਨੇ ਆਪਣੀ ਦੁਕਾਨਦਾਰੀ ਜਾਂ ਬਿਜ਼ਨਸ ਕਰਨਾ ਉਹਦਾ ਵੱਖਰਾ ਹੈ ਜਿਹੜੀ ਕਿ ਨੌਕਰੀ ਆ ਨੌਕਰੀ ਕੀ ਤੇ ਨਖਰਾ ਕੀ ਹਨਾ ਨੌਕਰੀ ਦੇ ਵਿੱਚ ਨਖਰਾ ਨਹੀਂ ਚੱਲਦਾ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਤੁਹਾਨੂੰ ਹਨਾ ਹਮੇਸ਼ਾ ਅਲਰਟ ਰਹਿਣਾ ਚਾਹੀਦਾ ਇਹ ਮਹਿਕਮਾ ਹੀ ਐਸਾ ਨਾ ਪੁਲਿਸ ਦਾ ਮਹਿਕਮਾ ਹੀ ਅਲਰਟ ਰਹਿਣਾ ਸਮੇਂ ਦੇ ਪਾਬੰਦ ਰਹਿਣਾ ਨਸ਼ੇ ਤੋਂ ਦੂਰ ਰਹਿਣਾ ਹਨਾ ਹੂੰ ਜਿਹੜੇ ਸਟ੍ਰੈਸ ਚ ਰਹਿੰਦੇ ਆ ਫਿਰ ਉਹਨਾਂ ਸ਼ੱਕ ਕਰਨ ਲੱਗ ਜਾਂਦੀ ਬਿਲਕੁਲ ਹਾਂ ਵੀ ਨਸ਼ੇ ਦੀ ਗੱਲ ਕਰ ਲਈਏ ਜਿਵੇਂ ਹਨਾ ਨਸ਼ੇ ਨੂੰ ਲੈ ਕੇ ਵੀ ਕਈ ਵਾਰ ਇਹ ਇਸ ਤਰ੍ਹਾਂ ਮਹਿਕਮਾ ਪੁਲਿਸ ਤੇ ਵੀ ਉਠਦਾ ਸਵਾਲ ਵੀ ਮਹਿਕਮਾ ਫੜ ਲੈਂਦਾ ਪੂਰਾ ਪਾਉਂਦਾ ਨਹੀਂ ਨਹੀਂ ਇਹ ਗਲਤ ਗੱਲ ਹੈ ਭਾਈ ਜਿਹੜਾ ਐਨਡੀ ਪੀਸੀਐਸ ਹੁੰਦਾ ਨਾ ਇਹਦੇ ਵਿੱਚ ਨਾ ਭਾਈ ਐਨਡੀ ਇਹਦੇ ਵਿੱਚ ਐਕਟ ਦੇ ਵਿੱਚ ਨਹੀਂ ਗਲਤ ਆ ਪਾਉਂਦੇ ਆ ਪੂਰਾ ਐਵੇਂ ਇਹ ਤਾਂ ਧਾਰਨਾ ਬਣਾਈਆਂ ਯਾਰ ਤੈਨੂੰ ਮੈਂ ਕਹਿੰਦਾ ਜਿੰਨੇ ਮੂੰਹ ਉਨੀਆਂ ਗੱਲਾਂ ਹਨਾ ਨਸ਼ੇ ਇਹ ਨਹੀਂ ਹੋ ਸਕਦਾ ਕਿ ਪਾਉਂਦੇ ਨਾ ਹੋਣ ਯਾਰ ਸਾਰਿਆਂ ਨੂੰ ਨੌਲੇਜ ਚ ਹੁੰਦਾ ਉੱਪਰ ਤੱਕ ਅਪਸਰਾਂ ਦੀ ਨੌਲੇਜ ਹੁੰਦਾ ਹੈ ਨਾ ਇਹ ਗਲਤ ਹੈ ਵੀ ਗਲਤ ਤੁਹਾਨੂੰ ਕਿਹਾ ਵੀ ਗਲਤ ਨਿਕਾਣਾ ਸਾਨੂੰ ਅਸੀਂ ਜਿੰਨੇ ਮਰਜੀ ਚੰਗੇ ਬਣ ਜੀਏ ਪਰ ਸਾਨੂੰ ਗਲਤ ਨਿਕਾਣਾਗੇ ਚੰਗਾ ਨਹੀਂ ਦੇਖਣਾ ਬੰਦਾ ਹੀ ਦੇਖਣਾ ਨਾ ਹਮੇਸ਼ਾ ਗਾਲ੍ਹਾਂ ਕੱਢਣੀਆਂ ਨਾ ਤੁਸੀਂ ਮੈਂ ਕਿਹਾ ਵੀ ਕਰੋਨਾ ਦੇ ਟਾਈਮ ਅਸੀਂ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਪੁਲਿਸ ਨੇ ਡਿਊਟੀ ਕੀਤੀ ਹੈ ਸਭ ਤੋਂ ਜ਼ਿਆਦਾ ਹੂੰ ਤੇ ਅੱਜ ਲੋਕਾਂ ਨੂੰ ਲੋਕਾਂ ਨੂੰ ਹਾਲਾ ਕਿ ਘਰੇ ਛੱਡ ਛੱਡ ਕੇ ਆਏ ਅਸੀਂ ਫਸਿਆ ਨੂੰ ਮੈਂ ਫਾਇਲ ਫਾਇਲ ਕਾ ਤੱਕ ਮਲੂਣ ਤੋਂ ਛੱਡ ਕੇ ਆਉਣਾ ਰਿਹਾ ਆਪਦੇ ਤੇਲ ਤੇ ਆਪਦੀ ਗੱਡੀ ਤੇ ਤੇ ਅੱਜ ਤੁਸੀਂ ਉਹਨਾਂ ਨੂੰ ਹੋ ਸਕਦਾ ਬੋਲ ਲੋਕਾਂ ਜਦੋਂ ਉਹਦੇ ਰੋਕਦੇ ਸੀ ਹਨਾ ਲੋਕ ਫਿਰ ਮੱਲੋ ਮੱਲੀ ਭੀੜ ਕਰਦੇ ਇਕੱਠ ਕਰਦੇ ਸਾਲਾ ਕਿ ਤੁਸੀਂ ਤਾਂ ਉਹਨਾਂ ਦਾ ਬਚਾਅ ਕਰਦੇ ਸੀ ਉਦੋਂ ਮੈਂ ਕਿਹਾ ਜੀ ਆਪਾਂ ਇਹਨਾਂ ਨੂੰ ਸਮਝਾ ਨਹੀਂ ਸਕਦੇ ਹੂੰ ਕਦੇ ਇਹਨਾਂ ਭੀੜਾਂ ਨੂੰ ਸਮਝਾ ਸਮਝਾਉਂਦਾ ਕਹਿੰਦਾ ਇੱਕੋ ਵੇ ਕਮਲਾ ਤੇ ਸਮਝਾਵੇ ਵਿਹੜਾ ਜੇ ਵਿਹੜਾ ਹੀ ਹੋਵੇ ਕਮਲਾ ਦੇ ਸਮਝਾਵੇ ਕਿਹੜਾ ਹੂੰ ਵਿਹੜਾ ਹੀ ਹੋ ਗਿਆ ਤਾਂ ਫਿਰ ਸਮਝਾਵੇ ਕਿਹੜਾ ਸਮਝਾਵੇ ਕਿਹੜਾ ਨਾ ਇਹ ਲੋਕੀ ਦਾ ਵੀ ਇੱਕ ਇਹਨਾਂ ਲਾਈ ਲੱਗ ਹੁੰਦੇ ਆ ਜਿੰਨੇ ਇੱਕ ਗੱਲ ਕਹਿ ਦੀ ਹੋ ਸਕਦਾ ਤੁਸੀਂ ਮਨਲਾ ਤੁਸੀਂ ਬਹੁਤ ਵਧੀਆ ਸਪੀਚਰ ਆ ਤੁਹਾਡੀ ਸਪੀਚ ਤੇ ਮਨਲਾ ਵੀ ਅਸੀਂ ਸਰੋਤੇ ਆ ਅਸੀਂ ਸਾਨੂੰ ਸੁਣਨ ਦਾ ਪਤਾ ਨਹੀਂ ਵੀ ਇਹ ਚੰਗੀ ਚੀਜ਼ ਬੋਲ ਰਿਹਾ ਆ ਯਾਰ ਬਹੁਤ ਮਾੜੀ ਸਪੀਚ ਕਰ ਰਿਹਾ ਉਹ ਨਾਲ ਦਿਨ ਕਹਿੰਦਾ ਉਹਨੇ ਸੁਣਨੀ ਨਹੀਂ ਹੋ ਸਕਦਾ ਉਹ ਬੈਠੋ ਉਦੋਂ ਯਾਰ ਸੱਚੀ ਯਾਰ ਮਾੜੀ ਕਰ ਨਾਲ ਦਿਨ ਦਸਾਂ ਬੰਦੇ ਨੇ ਮਾੜਾ ਕਹਿਣਾ ਇਵੇਂ ਸਾਡੇ ਮਹਿਕਮੇ ਨੂੰ ਹਨਾ ਅਸੀਂ ਵਧੀਆ ਕਿੰਨੇ ਵਧੀਆ ਵਧੀਆ ਕੰਮ ਕਰਦੇ ਮਹਿਕਮੇ ਵਾਲੇ ਪਰ ਕਿਸੇ ਨੇ ਨਹੀਂ ਕਹਿਣਾ ਇਹ ਚੰਗਾ ਕੰਮ ਕਰਦੇ ਕਣਾ ਯਾਰ ਇਹ ਆਪ ਦਾ ਵਿਊ ਲਈ ਕਰ ਰਿਆ ਆਪਦੇ ਵਿਊ ਲਈ ਬੋਲ ਰਿਆ ਨਾ ਇਹ ਕਮਾਨ ਬਈ ਇੱਕ ਜਿਵੇਂ ਗੁਰਸਿੱਖ ਦਾ ਜਿਵੇਂ ਪੱਗ ਬੰਨਦੇ ਤੁਸੀਂ ਹਣਾ ਗੁਰਸਿੱਖ ਦੇ ਤੌਰ ਤੇ ਵਿਚਰਦੇ ਹੋ ਉਹਦਾ ਪ੍ਰਭਾਵ ਕਿੰਨਾ ਕੁ ਲੱਗਦਾ ਬਈ ਵਧੀਆ ਇਹ ਆਉਣ ਵਾਲੀ ਪੀੜ੍ਹੀ ਸਾਡੀ ਵਧੀਆ ਸਾਡੇ ਤੋਂ ਵਧੀਆ ਮੋਟੀਵੇਟ ਹੁੰਦੀ ਆ ਵੀ ਗੁਰਸੇਖ ਬਾਈ ਇੱਜ਼ਤ ਵੀ ਵੱਧ ਹੁੰਦੀ ਹੈ ਨਾ ਇੱਜ਼ਤ ਵੀ ਵੱਧ ਹੁੰਦੀ ਹੈ ਫਿਰ ਬਾਈ ਜੇ ਗੁਰਸੇਖ ਰਹਿਣਾ ਜਾਂ ਪੱਗ ਬੰਨੀ ਆ ਦਸਤਾਰ ਬੰਨੀ ਪਰ ਤੁਹਾਨੂੰ ਆਪਦਾ ਕਰਤਾਰ ਵੀ ਉਹੋ ਜਿਹਾ ਬਣਾਉਣਾ ਕਰਤਾਰ ਬਿਲਡ ਕਰਨਾ ਪੈਣਾ ਪੱਗ ਨਾਲ ਕਰਤਾਰ ਹੈ ਪੱਗ ਨਾਲ ਕਰਤਾਰ ਆ ਇਹ ਬੜਾ ਕੀਮਤੀ ਚੀਜ਼ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ ਹਾਂ ਇਹ ਕਰਤਾਰ ਆਪਦਾ ਉੱਚਾ ਰੱਖਣਾ ਪੈਣਾ ਐ ਨਹੀਂ ਆ ਤੁਸੀਂ ਹਰੇਕ ਚੀਜ਼ ਗਲਤ ਹੋ ਤੁਸੀਂ ਪੱਗ ਬੰਨੀ ਐ ਤੇ ਤੁਸੀਂ ਲਲਕਾਰੇ ਮਾਰੋ ਤੁਸੀਂ ਗਲਤ ਕੰਮ ਕਰੋ ਜਾਂ ਗਲਤ ਸੋਸਾਇਟੀ ਵਿੱਚ ਜਾਓ ਕਰਤਾਰ ਨੂੰ ਤੇ ਆਪਦੇ ਨੂੰ ਵਧੀਆ ਰੱਖਣਾ ਪੈਣਾ ਆਤਨਾ ਸਿਕਤਿਆਨ ਭਾਈ ਜਿਵੇਂ ਤੁਸੀਂ ਹੁਣ ਆਪੇ ਇਸ ਪਾਸੇ ਆ ਲਗੇ ਜਿਵੇਂ ਸਮਾਜ ਸੇਵਾ ਕਰਦੇ ਰਹੇ ਹੋ ਰੂਖਾਂ ਤੋਂ ਇਲਾਵਾ ਢੀਆਂ ਭੈਣਾਂ ਦੇ ਵਿਆਹਾਂ 'ਚ ਵੀ ਹਨਾ ਜਾਂ ਕਿਸੇ ਨੂੰ ਸਮਾਨ ਵਗੈਰਾ ਦਾ ਉਸ ਪਾਸੇ ਵੀ ਜਾਦੇ ਡਿਊਟੀ ਨਿਭਾਉਨੇ ਆ ਨਾ ਅਕਸਰ ਬਹੁਤ ਬਾਈ ਮੈਂ ਘਰ ਘੁਰ ਵੀ ਪੁਵਾ ਕੇ ਦੇਈ ਦੇਣਾ ਬਾਈ ਭਰਾ ਹੈ ਜਿਹੜੇ ਜੁੜੇ ਹੋਏ ਆ ਜਿਹੜੀ ਸਾਡੇ ਨਾਲ ਹੈਲਪ ਕਰਦੇ ਆ ਨਾ ਤੇ ਜਾਈਦਾ ਜੇ ਕਿਸੇ ਦਵਾਈ ਦੀ ਲੋੜ ਹੈ ਦਵਾਈ ਦਵਾਈ ਦੀ ਆ ਆਪਰੇਟ ਦੀ ਲੋੜ ਆ ਅੱਖਾਂ ਦੇ ਆਪਰੇਸ਼ਨ ਉਹ ਪ੍ਰੋਸ਼ਨ ਕਰਾ ਦਈਦੇ ਜਿੰਨਾ ਕਿ ਸਾਡੇ ਕੋਲ ਆਪਣੇ ਜਿੰਨਾ ਕਹਣਾ ਵੀ ਆਪਾਂ ਕਰ ਸਕਦੇ ਆ ਆਪਦਾ ਫਰਜ਼ ਅਦਾ ਕਰਦੇ ਆ ਇਹ ਹੋਣਾ ਚਾਹੀਦਾ ਬਾਈ ਜੀ ਬੱਚਿਆਂ ਨੂੰ ਤੁਸੀਂ ਜਿਹੜੀ ਫੀਸ ਭਰਨ ਵਾਲੀ ਫੀਸ ਭਰੋ ਹਨਾ ਜਿਹੜੇ ਹਰੇਕ ਜਗ੍ਹਾ ਤੇ ਵਰਤੋ ਯਾਰ ਜਿੰਨਾ ਜਿੰਨਾ ਤੁਹਾਡੇ ਕੋਲ ਸਰ ਦਾ ਪੁੱਜਦਾ ਜਰੂਰ ਕਰੋ ਯਾਰ 100 ਰੁਪਿਆ ਜਿੰਨਾ ਵੀ ਦਾਨ ਕਰਨਾ ਹਨਾ ਹੂੰ ਵੈਸੇ ਤੇ ਲੋਕਾਂ ਦੇ ਮਨ 'ਚ ਇਹੀ ਖਿਆਲ ਹੋਣਾ ਵੀ ਪੁਲਿਸ ਕਿੱਥੇ ਦਾਨ ਕਰਦੇ ਨੇ ਹਨਾ ਪੁਲਿਸ ਦਾਨ ਨਹੀਂ ਨਹੀਂ ਪੁਲਿਸ ਦਾਨ ਨਹੀਂ ਪਰ ਅਸੀਂ ਆਪਾਂ ਆਪਦਾ ਫਰਜ਼ ਨਿਭਾਉਣੀ ਹੈ ਹਾਂ ਬਿਲਕੁਲ ਜੇ ਆਪਾਂ ਆਪ ਸੰਤੋਸ਼ ਤਾਂ ਬਾਈ ਤੁਹਾਨੂੰ ਮੇਰੇ ਨਾਲ ਬਹੁਤ ਮਾ ਟਾਈਮ ਹੋ ਗਿਆ ਵਰਦਿਆਂ ਨੂੰ ਤੁਸੀਂ ਮੈਨੂੰ ਬੜੇ ਵਾਰੀ ਫੋਨ ਵੀ ਕਰਦੇ ਮੈਂ ਵੀ ਤੁਹਾਨੂੰ ਫੋਨ ਕਰਦਾ ਰਹਿਣਾ ਤੁਸੀਂ ਦੱਸੋ ਆਪਣੇ ਇੰਚ ਕਦੇ ਤੁਸੀਂ ਮੇਰੇ ਕਰਤਾਰ ਬਾਰੇ ਜਾਂ ਕੋਈ ਗੱਲ ਤੁਹਾਡੇ ਆਈ ਹੋਵੇ ਸਾਹਮਣੇ ਅਸੀਂ ਆਪਾਂ ਸ਼ੋਈ ਤਾਕ ਕਰ ਰਹੇ ਹਾਂ ਹਾਂ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਹੋਣਾ ਚਾਹੀਦਾ ਇੱਕ ਦੂਜੇ ਤੇ ਵਿਸ਼ਵਾਸ ਹੋਣਾ ਚਾਹੀਦਾ ਆ ਫੇਰ ਹੀ ਅੱਗੇ ਜਾ ਕੇ ਆਪੋਸਤੇ ਬਸਤੇ ਮੇਰੇ ਮਿੱਤਰ ਪਿਆਰੇ ਸਾਡੇ ਸ਼ਹਿਰ ਦੇ ਵਿੱਚ ਮਲੋੜ ਦੇ ਵਿੱਚ ਨਾ ਆ ਬਾਈ ਜਤਿੰਦਰ ਬਠਲੀ ਹੋਣੀ ਆ ਰਿੰਕੂ ਨੇਜੇ ਵਰਗੇ ਆ ਪਵਨ ਅੰਕਲ ਆ ਅਦਵਿੰਦਰ ਬੁੱਟਰ ਗੁਰਸ਼ਮਿੰਦਰ ਦੀਪ ਹਣਾ ਦਵਿੰਦਰ ਗੋਰਾ ਇਹ ਬਾਈ ਅਗਰਚਰਨਾ ਅੰਕਲ ਬੋਟਰ ਬੋਟਰ ਹੈਨਾ ਏਡੀਓ ਸਾਹਿਬ ਹੈ ਸਾਡੇ ਹੈਨਾ ਤੇ ਬਾਈ ਆਪਣੇ ਨਾਰਥਨ ਬੱਸ ਵਾਲੇ ਬਾਈ ਰਾਜਨੂਨੀ ਬਾਈ ਪੰਮੇ ਮਰਾੜੂਨੀ ਵੀ ਜਦੋਂ ਉਹਨਾਂ ਨੂੰ ਪਤਾ ਯਾਰ ਮਜ਼ਾਕ ਕੀ ਹੈ ਸੀ ਹੈਨਾ ਵੀ ਹਰਮਨ ਬਾਈ ਝੂੜੜਾਂ ਵਾਲਾ ਤੇ ਢਾਬਾ ਚਲਾਉਂਦਾ ਕਈ ਵਾਰੀ ਬੈਠ ਜਾਂਦਾ ਹੈਨਾ ਵੀ ਜਿੱਥੇ ਬੈਠ ਜਾਓ ਤੁਹਾਨੂੰ ਲੋਕ ਜੀ ਸੁਣਨ ਆਉਣਾ ਹੈਨਾ ਮਹਿਫਲ ਲੱਗੇ ਹੈਨਾ ਤੁਸੀਂ ਲੋਕਾਂ ਤੋਂ ਅੱਖ ਵਜਾ ਕੇ ਨਾ ਤੁਰੋ ਐ ਹੋ ਜਾ ਕਰਦਾਰ ਬਣਾਓ ਹੈਨਾ ਹੂੰ ਹੂੰ ਇਹ ਅਸੀਂ ਆਪਾਂ ਅੱਖ ਵਜਾ ਕੇ ਨਹੀਂ ਤੁਰਦੇ ਆਪਾਂ ਆਪਾਂ ਤੁਰਦੇ ਆ ਲੋਕਾਂ ਚ ਵਿਚਰਦੇ ਆ ਟਾਈਮ ਦਿੱਤਾ ਸਖਚੈਨ ਬਾਈ ਬਹੁਤ ਬਹੁਤ ਧੰਨਵਾਦ ਨਹੀਂ ਧੰਨਵਾਦ ਤੁਹਾਡਾ ਯਾਰ ਹੈ ਨਾ ਮੈਂ ਵੈਸੇ ਲੋਕਾਂ 'ਚ ਇਹ ਮੈਸੇਜ ਜਾਣਾ ਚਾਹੀਦਾ ਆਪਾਂ ਨੂੰ ਕੁਦਰਤ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਇਹ ਮੈਸੇਜ ਕੁਦਰਤ ਦਾ ਜਾਣਾ ਚਾਹੀਦਾ ਲੋਕਾਂ 'ਚ ਸਾਨੂੰ ਕੁਦਰਤ ਨਾਲ ਜੁੜੋ ਯਾਰ ਵੱਧ ਤੋਂ ਵੱਧ ਨਾ ਜਿਹੜਾ ਨੇਚਰਲੀ ਖਾਣਾ ਜਾਂ ਸਾਡਾ ਪ੍ਰਾਤਨ ਖਾਣਾ ਜਿਹੜਾ ਸਾਡੇ ਪਿਆਬੀ ਵਿਰਸੇ ਦਾ ਖਾਣਾ ਸੀ ਜਿਹੜੇ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਖਾਣਾ ਖਾਂਦੇ ਰਹੇ ਆ ਜਿਹੜਾ ਸਾਡੇ ਘਰਾਂ ਵਿੱਚ ਸੀ ਉਧਰ ਧਿਆਨ ਦਿਓ ਯਾਰ ਬਿਲਕੁਲ ਹਾਂ ਜਿਹੜੀ ਚੁੱਲ੍ਹਾ ਦੀ ਰੋਟੀ ਨੇ ਸਾਡਾ ਪੇਟ ਦੀ ਅੱਗ ਬੁਝਾਉਣੀ ਨਾ ਉਹ ਗੈਸ ਦੀ ਰੋਟੀ ਨਹੀਂ ਬੁਝਾਉਂਦੀ ਜੀ ਜਿਹੜੀ ਸਾਡੀ ਦਾਲ ਤੌੜੀ ਦੀ ਨੇ ਅੱਗ ਬੁਝਾਉਣੀ ਨਾ ਉਹ ਇਹਨਾਂ ਨੇ ਤੇ ਗੈਸਾਂ ਬਣਾਉਣੀਆਂ ਸਾਡੇ ਹਾਂ ਦੇਸੀ ਗੋੜ ਘਰੇ ਵਾਲਾ ਤੇ ਆ ਵੀ ਬਣਿਆ ਫਿਰ ਤਾਂ ਖੰਡ ਖੰਡ ਛੱਡੋ ਘਰਾਂ ਜੋ ਦੇਸੀ ਨਮਕ ਲਿਆਓ ਤੁਸੀਂ ਘਰੇ ਹਰੇਕ ਚੀਜ਼ ਦੇਸੀ ਤੇ ਆ ਜੋ ਤੁਸੀਂ ਮੰਨ ਲਾਦਾ 6 ਮਹੀਨੇ ਦੇ ਵਿੱਚ ਆਪਦੀ ਬਾਡੀ ਦੇ ਵਿੱਚ ਤਬਦੀਲੀ ਵੇਖੂਗਾ ਜਿਹੜੇ ਤੁਹਾਡੇ ਆ ਅਲਸੀ ਦੀਆਂ ਪਿੰਨੀਆਂ ਨਹੀਂ ਕੋਈ ਖਾ ਰਿਹਾ ਅੱਜ ਕੱਲ ਸਿਆਲ ਚ ਕੌਣ ਖਾਂਦਾ ਅਲਸੀ ਦੀਆਂ ਪਿੰਨੀਆਂ ਨਹੀਂ ਨਹੀਂ ਪਤਾ ਕਿੰਨੇ ਮੇਰਾ ਹਾਂ ਹਾਂ ਤੇ ਇਹ ਚੀਜ਼ਾਂ ਖਾਓ ਤੁਸੀਂ ਜਿਹੜੀਆਂ ਸਾਨੂੰ ਤੁਸੀਂ ਬਾਹਰੋਂ omega 3 omega 6 omega 9 ਲੈ ਰਹੇ ਆ ਉਹ ਸਾਨੂੰ ਅਲਸੀ ਚੋਂ ਮਿਲ ਰਿਹਾ ਯਾਰ chia seed ਨਹੀਂ ਖਾ ਰਿਆ ਕੋਈ ਹੈ ਨਾ ਇਹ ਚੀਜ਼ਾਂ ਨੂੰ ਤੁਸੀਂ ਜਿੰਨਾ ਚਿਰ ਸਾਡੇ ਅਸੀਂ ਕੁਦਰਤ ਨਾਲ ਨਹੀਂ ਜੁੜਦੇ ਸਾਨੂੰ ਇਹ ਪਤਾ ਨਹੀਂ ਲੱਗਦਾ ਨਾ ਅਸੀਂ ਬਾਹਰੋਂ ਰੇੜੀਆਂ ਤੋਂ ਖਾ ਖਾ ਅਨਫਿਟ ਹੋ ਜੰਨੇ ਆ ਆਪ ਦੇ ਬੱਚਿਆਂ ਨੂੰ ਅਸੀਂ ਫਾਰਮਿਕ ਕੁੱਕੜਾਂ ਵਰਗਾ ਬਣਾ ਲਿਆ ਯਾਰ ਬਿਲਕੁਲ ਹਾਂ ਕੋਈ ਉਹਨਾਂ ਦੀ ਬਾਡੀ ਦੇ ਢਾਂਚੇ ਵਿਗਾਰ ਤੇ ਸੀਲ ਕੁੱਕਰ ਵਾਲਾ ਸੀਲ ਕੁੱਕਰ ਸੀਲ ਕੁੱਕਰ ਲੱਗ ਹੁੰਦਾ ਹੈ ਲੜਾਈ ਵਾਲਾ ਹੁੰਦਾ ਜਿਹੜਾ ਇਹ ਹੁੰਦਾ ਨਾ ਇਹ ਆਪਣਾ ਫਾਰਮਿੰਗ ਕੁੱਕੜ ਇਹ ਤੁਰ ਵੀ ਨਹੀਂ ਸਕਦਾ ਅੱਛਾ ਹਾਂ ਇਹ ਫੀਡ ਤੇ ਪਲਿਆ ਹੁੰਦਾ ਨਾ ਅਸੀਂ ਬੱਚਿਆਂ ਨੂੰ ਫੀਡ ਤੇ ਪਾਲ ਰਹੇ ਹਾਂ ਨਾ ਤੇ ਅਸੀਂ ਉਹਨਾਂ ਨੂੰ ਰਿਡਨ ਦਿੰਦੇ ਹਾਂ ਨਾ ਉਹਨਾਂ ਨੂੰ ਕੋਈ ਐਕਟੀਵਿਟੀ ਕਰਦੇ ਸਿਰਫ ਪੜ੍ਹਾਈ 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 ਹੂੰ ਬਿਲਕੁਲ ਪ੍ਰੈਸ਼ਰ ਹੀ ਰੱਖੀ ਪ੍ਰੈਸ਼ਰ ਰੱਖੀਦਾ ਜਦੋਂ ਬੱਚੇ ਪਹਿਲੋਂ ਜਿਹੜੇ ਸਾਡੇ ਪ੍ਰਾਤਨਾ ਅਸੀਂ 6 ਸਾਲ ਦਾ ਬੱਚਾ ਲਾਉਨੇ ਆ ਸਕੂਲ 'ਚ ਕਿਉਂਕਿ ਬੱਚਾ ਦਿਮਾਗ ਵਿਕਸਿਤ ਹੋ ਜਾਂਦਾ ਹੈ ਬਾਡੀ ਵਿਕਸਿਤ ਹੋ ਜਾਂਦੀ ਹੁਣ ਤੇ ਅਸੀਂ 2.5 ਸਾਲ ਦਾ ਬੱਚਾ ਲਾਦਨੇ ਤੇ ਉਹਨੇ ਵਧਣਾ ਕੀ ਆ ਉਹਦੀ ਨਿਗਾ ਵੀ ਛੇਤੀ ਘਟ ਜਾਂਦੀ ਹੈ ਕਿ ਡੀਕ ਡੀਆਂ ਕਾ ਲਗੀ ਹੈ ਹਮ ਆਹੀ ਵਜ੍ਹਾ ਆਹੀ ਵਜ੍ਹਾ ਅਸੀਂ ਆਪਦੇ ਬਾਬਿਆਂ ਦੀ ਹੁਣ ਬਾਬਾ ਜੱਸਾ ਸਿੰਘ ਰਾਮਗੜੀ ਆ ਨਾ ਸੁਖਦੀਪ ਬਾਈ ਦੀ ਮੈਂ ਕਿਤਾਬ ਪੜ੍ਹੀ ਸੀ ਹੈ ਨਾ ਹੰਨੇ ਹੰਨੇ ਪਾਤਸ਼ਾਹੀ ਨਾ ਹਮ ਉਹਦੇ ਵਿੱਚ ਇੱਕ ਜਗ੍ਹਾ ਲਿਖਦੇ ਆ ਕਹਿੰਦਾ ਵੀ ਜਦੋਂ ਪਾਣੀਪਤ ਦੀ ਲੜਾਈ ਤੋਂ ਬਾਅਦ ਮਰਾਠਿਆਂ ਨਾਲ ਤੇ ਉਹ ਕਹਿੰਦਾ ਵੀ ਮੇਰੇ ਨਾਲ ਸੰਧੀ ਕਰ ਲਓ ਆਪਣਾ ਅਬਦਾਲੀ ਕਹਿੰਦਾ ਹਾਂਜੀ ਉਹ ਕਹਿੰਦਾ ਕੂੜੇ ਦੇ ਢੇਰ ਤੇ ਖੜ ਕੇ ਸੰਧੀਆਂ ਨਹੀਂ ਹੁੰਦੀਆਂ ਆਪਾਂ ਉਹ ਕੂੜੇ ਢੇਰ ਤੇ ਖੜੇ ਆ ਹਾਂ ਆ ਖੜਗੇ ਅੱਜ ਅਸੀਂ ਖੜਗੇ ਅਸੀਂ ਆਪਦੇ ਜਿਹੜੀ ਆਪਦਾ ਕਲਚਰ ਹੈ ਨਾ ਹਾਂ ਅਸੀਂ ਉਹ ਖਵਾ ਗਵਾ ਚੁੱਕੇ ਆ ਅਸੀਂ ਲਾਈ ਲਗ ਲੋ ਗਿਆ ਪੰਜਾਬੀ ਲਾਈ ਲਗ ਗਿਆ ਜਿੰਨੇ ਲਾਈ ਗੱਲੀ ਉਹ ਸਿੱਧਾ ਤੁਰ ਚੱਲੀ ਤੁਰ ਚੱਲੀ ਬਿਲਕੁਲ ਸਹੀ ਹੈ ਵੀ ਹਾਂ ਅਸੀਂ ਜੇਕਰ ਆਪਦਾ ਅਤੀ ਕਰੀਮ ਪਛਾਣਾਂਗੇ ਅਸੀਂ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਨਹੀਂ ਪਛਾਣਾਂਗੇ ਅਸੀਂ ਪਿੱਛੇ ਹੀ ਤੁਰ ਤੁਰੇ ਜਾਣਾ ਜੇ ਅੱਜ ਪਛਾਣੀਆਂ ਹੁੰਦੀਆਂ ਅੱਜ ਆਹ ਹਾਲਾਤ ਤੇ ਨਾ ਖੜਦੇ ਸੀ ਆ ਕਿਸੇ ਨੂੰ ਦੱਸਣਾ ਨਾ ਪੈਂਦਾ ਇਹ ਭਾਈ ਮਸਤਾਨੇ ਮੂਵੀ ਆਈ ਹੈ ਮਸਤਾਨਾ ਨਾ ਨਾ ਇਤਿਹਾਸ ਵਖਾਇਆ ਪਿਆ ਸਾਨੂੰ ਪਤਾ ਨਹੀਂ ਆਸੇ ਦੀ ਬਾਪ ਦੇ ਬੱਚਿਆਂ ਨੂੰ ਕੁਝ ਦੱਸਿਆ ਨਹੀਂ ਅਜੇ ਤੱਕ ਅਸੀਂ ਛੋਟੇ ਸਹਬ ਜਿਆਦਿਆਂ ਦੀਆਂ ਬਾਬਿਆਂ ਦੀ ਸਾੜਿਆਂ ਦੀਆਂ ਕੁਰਬਾਨੀਆਂ ਨਹੀਂ ਦੱਸੀਆਂ ਉਹ ਆਪਦੇ ਲਈ ਨਹੀਂ ਲੜੇ ਉਹ ਆਪਦੇ ਨਹੀਂ ਲੜੇ ਉਹ ਲੋਕਾਂ ਲਈ ਹੂੰ ਉਹਨਾਂ ਲੋਕਾਂ ਲਈ ਕੁਰਬਾਨੀਆਂ ਉਹਨਾਂ ਦੀ ਹੂੰ ਆਪਦੇ ਲਈ ਕੁਝ ਨਹੀਂ ਕੀਤਾ ਉਹਨਾਂ ਨੇ ਇਸ ਲਈ ਆਪ ਇਸ ਕਲਚਰ ਨਾਲ ਜੁੜੋ ਆਪਦੀ ਪੰਜਾਬੀ ਭਾਸ਼ਾ ਨਾਲ ਜੁੜੋ ਆਪਦੀ ਧਰਤੀ ਨਾਲ ਜੁੜੋ ਇਹ ਧਰਤੀ ਨੂੰ ਪ੍ਰਵਾਸ ਨਾ ਕਰੋ ਬਿਲਕੁਲ ਹਾਂ ਸੋ ਸਚੈਨ ਬਾਈ ਦੇ ਨਾਲ ਗੱਲਬਾਤ ਕੀਤੀ ਆ ਹਾਸੇ ਮਜ਼ਾਕ ਦੇ ਵਿੱਚ ਅਸੀਂ ਗੱਲਾਂ ਕੀਤੀਆਂ ਕਿਸੇ ਨੂੰ ਕੋੜੀਆਂ ਵੀ ਨਾ ਲੱਗ ਜਾਣ ਮਾਫੀ ਵੀ ਚਾਹੁੰਦੇ ਆ ਪਰ ਇੱਥੇ ਇੱਕ ਚੀਜ਼ ਹੈ ਕਿਰਦਾਰ ਹੈ ਜਿਹੜਾ ਕਿਰਦਾਰ ਦੀ ਗੱਲ ਕੀਤੀ ਆ ਬਾਈ ਨੇ ਕਿਰਦਾਰ ਕਿਵੇਂ ਬਿਲਡ ਅਪ ਕਰਨਾ ਉਹ ਆਪਣੇ ਆਪ ਦੇ ਤੇ ਡਿਪੈਂਡ ਕਰਦਾ ਸੋ ਜੁੜੇ ਰਹੋ ਸਚ ਬਾਈ ਦੇ ਨਾਲ ਇਸ ਤਰ੍ਹਾਂ ਦੇ ਵਧੀਆ ਇਨਸਾਨ ਸਮਾਜ ਸੇਵਕ ਤੁਹਾਡੇ ਨਾਲ ਟਾਈਮ ਟੂ ਟਾਈਮ ਮਿਲਾਉਂਦੇ ਰਹਾਂਗੇ ਧੰਨਵਾਦ ਵੈਕਲੂ ਜੀ ਦਾ ਖਾਸ ਵੈਕਲੂ ਜੀ ਕੀ ਪਰਦਾ ਹੁਣ ਪਹਿਲੇ ਦਿਨ ਤੋਂ ਹੋਵੇਗਾ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਸ਼ਟਾਊਨਟ ਮਾਹਿਰ ਨੇ ਡਾਕਟਰ ਗੁਪਤਾ ਪੰਮੇ 107 76000 ਬਿਨਾ ਦਾਖਲ ਹੋਏ ਬਿਨਾ ਕਮਸ਼ਡੇ ਬਿਨਾ ਤੋੜ ਤਕਲੀਫ ਤੋਂ ਪਾਓ ਸ਼ਰਾਬ ਹੈਰੋਇਨ ਸਮੈਕ ਚਿੱਟਾ ਅਫੀਮ ਗਾਂਜਾ ਪੁੱਕੀ ਟੀਕੇ ਗੋਲੀਆਂ ਆਦੋ ਛਟਕਾਰਾ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛਟਕਾਰਾ ਪਾਓ ਸਾਡੀ ਦਵਾਈ 100% ਸ਼ੁੱਧ ਆਯੁਰਵੈਦਿਕ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਨੋਟ ਕਰ ਲਓ ਆਨੰਦ ਦਵਾਈ ਖਾਨਾ ਸਾਹਮਣੇ ਬਸਟੈਂਡ ਪਟਿਆਲਾ ਪੰਜਾਬ